يمكن السناك ما كان حقه. بعد از خدا بزرگ تهی قصه مختصر. ਜਿਹੜੇ ਜਿਹੜੇ ਗੱਭਰੂ ਦੇ ਦਿਲ ਵਿੱਚ ਇਨਾਮ ਵਾਲੀ ਇਹ ਪੱਗ ਜਿੱਤਣ ਦੀ ਹਸਰਤ ਦਿਲ ਚ ਹੋਵੇ ਉਹ ਆਪਣੀ ਆਪਣੀ ਟਾਂਗ ਫੜ ਕੇ ਮੇਰੇ ਸਾਹਮਣੇ ਆ ਜਾਏ। ਹੋਏ ਕੀ ਗੱਲ ਹੈ, ਤੁਸੀਂ ਤੇ ਸਾਰੇ ਬਿਮਾਰ ਕੁੱਕੜ ਵਾਂਗੂ ਸੌਂਗ ਆਏ ਹੋ। ਮੈਨੂੰ ਤੇ ਇੰਝ ਲੱਗਦਾ ਸਾਡੇ ਚੋਂ ਕਿਸੇ ਨੇ ਵੀ ਸ਼ੇਰ ਨੀ ਮਾਂ ਦਾ ਦੁੱਧ ਨਹੀਂ ਪੀਤਾ। ਓਏ ਖਾਨੂ, ਜਿੰਨੇ ਸ਼ੇਰ ਦੀ ਮਾਂ ਦਾ ਦੁੱਧ ਪੀਤਾ ਹੈ ਉਹ ਤੇਰੇ ਸਾਹਮਣੇ ਆ ਗਈ ਹੈ। ਨਹੀਂ ਰੋਸ਼ਨ ਹਾਂ, ਤੈਨੂੰ ਇਹਦੇ ਮੁਕਾਬਲੇ ਤੇ ਜਾਣਾ ਨਹੀਂ ਚਾਹੀਦਾ। ਓਏ ਕਿਉਂ ਨਹੀਂ ਜਾਣਾ ਚਾਹੀਦਾ? ਉਹ ਇਸ ਲਈ ਪੁੱਤਰਾ, ਖਾਨੂ ਸਾਡੇ ਪਿੰਡ ਦੇ ਚੌਧਰੀ ਕਰਮੂ ਦਾ ਜਵਾਈ ਹੈ। ਜਵਾਈ ਹੈ ਤੇ ਫੇਰ ਕੀ ਹੋਇਆ? ਆਪਾਂ
ਇਸ ਵੇਲੇ ਇਹਨੇ ਜਵਾਈ ਬਣ ਕੇ ਨਹੀਂ ਜਵਾਨ ਬਣ ਕੇ ਲਲਕਾਰਿਆ ਤੇ ਮੈਂ ਇਹਦੀ ਲਲਕਾਰ ਦਾ ਜਵਾਬ ਦੇਣ ਲਈ ਅੱਜ ਇਹਦੀ ਡਾਂਗ ਵੀ ਬੰਨਾਂਗਾ ਤੇ ਦੌੜ ਵੀ। ਹੋਸ਼ ਦੀ ਗੱਲ ਕਰ ਰੋਸ਼ਨ ਖਾਂ, ਜਵਾਨੀ ਦੇ ਜੋਸ਼ ਚ ਇਹ ਨਾ ਭੁੱਲ ਕਿ ਪਿੰਡ ਦੇ ਗਰੀਬ ਕੰਮੀ ਦਾ ਜਵਾਈ ਵੀ ਸਾਰੇ ਪਿੰਡ ਦਾ ਜਵਾਈ ਹੁੰਦਾ ਹੈ। ਜਵਾਈ ਦੇ ਸਾਹਮਣੇ ਦਾਲ ਚੁੱਕਣਾ ਤੇ ਕੋਈ ਗੱਲ ਹੈ, ਉਹਦੇ ਸਾਹਮਣੇ ਦੌੜ ਚੁੱਕਣਾ ਵੀ ਬੇਗੈਰ ਸੀ। ਇਹ ਕਾਨੂੰਨ ਸਾਡੇ ਵੱਡਿਆਂ ਦਾ ਬਣਾਇਆ ਹੈ। ਬਜ਼ੁਰਗਾਂ ਦੇ ਬਣਾਏ ਬੁੱਢੇ ਕਾਨੂੰਨ ਦਾ ਇਤਰਾਮ ਕਰਨਾ ਮੇਰੇ ਲਈ ਕੋਈ ਜ਼ਰੂਰੀ ਨਹੀਂ। ਅੱਬਾ, ਅੱਜ ਮੈਂ ਖਾਨੂੰ ਦੀ ਕੰਡ ਨੂੰ ਇਸ ਮੈਦਾਨ ਦੀ ਮਿੱਟੀ ਜ਼ਰੂਰ ਚਟਾਣੀ ਹੈ। ਇਹ ਮੇਰਾ ਫੈਸਲਾ ਅਟਲ ਹੈ। ਬੇਬੇ ਸ਼ਰਮਾ, ਜੇ ਤੇਰਾ ਫੈਸਲਾ ਅਟਲ ਹੈ ਤੇ ਫਿਰ ਮੇਰਾ ਫੈਸਲਾ ਵੀ ਸੁਣ ਲੈ। ਪਿੰਡ ਦੇ ਜਵਾਈ ਤੇ ਡਾਂਗ ਚੁੱਕਣ ਤੋਂ ਪਹਿਲਾਂ ਤੈਨੂੰ ਆਪਣੇ ਪਿਓ ਦੀ ਲਾਸ਼ ਤੇ ਪੈਰ ਰੱਖਣਾ ਪਏਗਾ। ਤੂੰ ਤੇ ਐਵੇਂ ਆਪਣੀ ਝੂਠੀ ਹਨ ਦਾ ਮਸਲਾ ਬਣਾ ਕੇ ਮੇਰੇ ਸਾਹਮਣੇ ਹੱਥ ਲੋਤਾ ਹੈ। ਆਹੋ, ਸਿਆਣੇ ਨੇ ਸੱਚ ਹੀ ਆਖਿਆ, ਜਦੋਂ ਬੰਦਾ ਸਤਰਿਆ ਪਤਰਿਆ ਜਾਵੇ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ। ਬਕਵਾਸ ਨਾ ਕਰ। ਓਏ ਖਾਨੂੰ, ਅੱਜ ਮੇਰੇ ਪਿਓ ਦੀ ਜ਼ਿੱਦ ਨੇ ਤੈਨੂੰ ਪਰੇ ਮੇਲੇ ਚ ਬੇਇੱਜ਼ਤ ਹੋਣ ਤੋਂ ਬਚਾ ਲਿਆ ਹੀ। ਓਏ, ਪਰ ਅੱਗੋਂ ਤੋਂ ਕੰਨ ਖੋਲ ਕੇ ਸੁਣ ਲਾ। ਏ, ਅੱਜ ਤੋਂ ਬਾਅਦ ਤੂੰ ਯਾ ਮੈਦਾਨ ਜਿਸ ਦਿਨ ਵੀ ਮੇਰੇ ਸਾਹਮਣੇ ਲਲਕਾਰਾ ਮਾਰਿਆ, ਉਹ ਦਿਨ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਮੇਰਾ ਇਹ ਫੈਸਲਾ ਅਟਲ ਹੀ ਹੋਏ। ਥੱਪੜ ਖਾ ਕੇ ਵੀ ਭਰੇ ਮੇਲੇ ਚ ਅੱਬੇ ਦਾ ਲਿਹਾਜ਼ ਸਿਰਫ ਫੈਸਲੇ ਕੀਤਾ ਰੇਸ਼ਮਾ, ਕਿ ਉਹ ਮੇਰਾ ਪਿਓ ਹੈ, ਨਹੀਂ ਤੇ ਮੈਂ। ਪਿਓ ਦੇ ਸਾਹਮਣੇ ਸਿਰ ਚੁਕਾ ਲੈਣਾ ਤੇ ਬੜੀ ਚੰਗੀ ਗੱਲ ਇਸ਼ਾਰੇ ਦੇ ਅੱਬਾ, ਪਰ ਭੈੜੀ ਗੱਲ ਹੈ ਤੇ ਤੁਹਾਡੀਆਂ ਨਜ਼ਰਾਂ ਚ ਜਵਾਈ ਦੇ ਰਿਸ਼ਤੇ ਦੀ ਕੋਈ ਕਦਰ ਨਹੀਂ। ਜਵਾਈ ਦੇ ਰਿਸ਼ਤੇ ਨਾਲ ਤੇ ਮੇਰੀ ਕੋਈ ਦੁਸ਼ਮਣੀ ਨਹੀਂ ਰੇਸ਼ਮਾ। ਨਫ਼ਰਤ ਤੇ ਮੈਨੂੰ ਬਜ਼ੁਰਗਾਂ ਦੇ ਬਣਾਏ ਇਸ ਕਾਨੂੰਨ ਕੋਲੋਂ ਹੈ, ਜਿਹਦੀਆਂ ਨਜ਼ਰਾਂ ਚ ਜਵਾਈ ਦੇ ਸਾਹਮਣੇ ਸਿਰ ਉੱਚਾ ਕਰਨਾ ਜੁਰਮ ਹੈ। ਜਿਹਨੂੰ ਧੀ ਭੈਣ ਦਾ ਰਿਸ਼ਤਾ ਦਈਏ ਉਹਦੇ ਅੱਗੇ ਸਿਰ ਚੁਕਾਉਣਾ ਜੁਰਮ ਨਹੀਂ, ਸ਼ਰਾਫਤ ਹੈ। ਤੁਸੀਂ ਹਰ ਵੇਲੇ ਹਵਾ ਦੇ ਫੋੜੇ ਤੇ ਸਵਾਰ ਨਾ ਰਿਹਾ ਕਰੋ, ਕਹਿੰਦੀ ਤੇ ਠੰਡੇ ਦਿਮਾਗ ਨਾਲ ਸੋਚਿਆ ਕਿ ਕਾਰ ਚ ਤੁਹਾਡੀ ਵੀ ਇੱਕ ਜਵਾਨ ਭੈਣ ਹੈ, ਜਦੋਂ ਉਹਦੀ ਟੋਲੀ ਟੋਰੋਗੇ ਤੁਹਾਨੂੰ ਵੀ ਆਪਣਾ ਸਿਰ ਨੀਵਾਂ ਕਰਨਾ ਹੀ ਪੈਣਾ। ਇਹ ਭੁਲੇਖਾ ਆਪਣੇ ਦਿਲ ਚੋਂ ਕੱਢ ਦੇ ਰੇਸ਼ਮਾ, ਮੈਂ ਆਪਣੀ ਆਨ ਦੀ ਖਾਤਰ ਸਿਰ ਲੁਹਾ ਤੇ ਸਕਣਾ, ਪਰ ਕਿਸੇ ਜਵਾਈ ਦੇ ਸਾਹਮਣੇ ਚੁਕਾ ਨਹੀਂ ਸਕਦਾ, ਭਾਵੇਂ ਉਹ ਮੇਰੀ ਭੈਣ ਦਾ ਸਵਾਦ ਕਿਉਂ ਨਾ ਹੋਵੇ। ਮੇਰਾ ਫੈਸਲਾ ਅਟਲ ਹੈ। ਚੁੱਪ ਕਰ ਟਟਾਣਿਆ, ਵੱਡਿਆਂ ਦੀਆਂ ਗੱਲਾਂ ਚ ਨਹੀਂ ਬੋਲੀਦਾ। ਤੇ ਫਿਰ ਮੇਰੇ ਦਾਦੇ ਨਾਲ ਔਖਾ ਕਿਉਂ ਬੋਲਦਾ ਅੱਬਾ? ਚੁੱਪ ਕਰ ਬੇਹਦਿਆ, ਮੈਂ ਉਸ ਕਾਨੂੰਨ ਨੂੰ ਕਦੀ ਨਹੀਂ ਮੰਨਾਂਗਾ ਜਿਹੜਾ ਮੇਰਾ ਸਿਰ ਨੀਵਾਂ ਕਰੇ, ਭਾਵੇਂ ਉਹ ਮੇਰੇ ਪਿਓ ਦਾ ਕਾਨੂੰਨ ਕਿਉਂ ਨਾ ਹੋਵੇ। ਮੇਰਾ ਫੈਸਲਾ ਅਟਲ ਹੈ। ਅਗਲੇ ਜੁੰਮੇ ਟੋਲੀ ਲੈਣ ਲਈ ਪੁੱਤਰ ਦੀ ਜਾਇਜ਼ ਲੈ ਕੇ ਤੇਰੀ ਹਵੇਲੀ ਆ ਜਾਂਗਾ ਆਦਿਲ ਖਾਂ। ਮੈਨੂੰ ਮਨਜ਼ੂਰ ਹੈ ਅਕਬਰ ਖਾਨ, ਪਰ ਮੈਨੂੰ ਇਹ ਫੈਸਲਾ ਮਨਜ਼ੂਰ ਨਹੀਂ ਅੱਬਾ। ਪਰ ਕਿਉਂ ਪੁੱਤਰ ਰੋਸ਼ਨ ਖਾਨ? ਉਹ ਇਸ ਲਈ ਕਿ ਤੁਹਾਡੇ ਵਰਗੇ ਬਜ਼ੁਰਗਾਂ ਦਾ ਕਾਨੂੰਨ ਕਹਿੰਦਾ ਹੈ ਜਵਾਈ ਦੇ ਸਾਹਮਣੇ ਸਿਰ ਉੱਚਾ ਨਹੀਂ ਹੋਣਾ ਚਾਹੀਦਾ, ਤੇ ਮੇਰੀ ਆਨ ਕਹਿੰਦੀ ਹੈ ਕਿਸੇ ਇਨਸਾਨ ਦੇ ਸਾਹਮਣੇ ਸਿਰ ਨੀਵਾ ਕਰਨਾ ਬੁੱਧਰਾਂ ਦਾ ਕੰਮ ਹੈ, ਤੇ ਮੈਂ ਆਪਣਾ ਸਿਰ ਉੱਚਾ ਰੱਖਣ ਲਈ ਕਿਸੇ ਨੂੰ ਵੀ ਇਸ ਘਰ ਦਾ ਜਵਾਈ ਨਹੀਂ ਬਣਨ ਦਿਆਂਗਾ। ਮੇਰਾ ਇਹ ਫੈਸਲਾ ਅਟਲ ਹੈ। ਬੁੱਧੂਆ ਵਾਲੀ ਗੱਲ ਨਾ ਕਰ ਰੋਸ਼ਨਾ, ਜਵਾਨਾਂ ਦੇ ਨਹੀਂ ਬਜ਼ੁਰਗਾਂ ਦੇ ਫੈਸਲੇ ਅਟਲ ਹੁੰਦੇ ਨੇ। ਬਜ਼ੁਰਗੀ ਦੀ ਉਮਰ ਫੈਸਲੇ ਕਰਨ ਲਈ ਨਹੀਂ ਇਬਾਦਤ ਕਰਨ ਲਈ ਹੁੰਦੀ ਆ ਅੱਬਾ, ਤੇ ਹੁਣ ਫੈਸਲਾ ਉਹ ਹੀ ਹੋਵੇਗਾ ਜਿਹੜਾ ਮੈਂ ਚਾਹਾਂਗਾ। ਮੇਰੇ ਜਿਉਂਦਿਆਂ ਮੇਰੀ ਧੀ ਦੀ ਤਕਦੀਰ ਦਾ ਫੈਸਲਾ ਕਰਨ ਵਾਲਾ ਤੂੰ ਕੌਣ? ਮੈਂ ਤੇਰਾ ਪੁੱਤਰ ਹਾਂ ਅੱਬਾ, ਸਿਰਫ ਤੇਰੀ ਜਾਇਦਾਦ ਦਾ ਹੀ ਨਹੀਂ ਇਸ ਹਵੇਲੀ ਦੀ ਆਨ ਤੇ ਸ਼ਾਨ ਦਾ ਵੀ ਵਾਰਸ ਹਾਂ, ਤੇ ਮੇਰੇ ਆਉਂਦਿਆਂ ਇਸ ਹਵੇਲੀ ਚ ਕੋਈ ਜਵਾਈ ਨਹੀਂ ਬਣ ਸਕਦਾ। ਓਏ ਅਕਲ ਦੀ ਗੱਲ ਕਰ ਪੁੱਤਰ ਰੋਸ਼ਨ ਖਾਂ, ਮੈਂ ਜੋ ਵੀ ਕਹਿ ਰਿਹਾ ਠੀਕ ਕਹਿ ਰਿਹਾ ਅਕਬਰ ਖਾਂ, ਹੁਣ ਤੂੰ ਵੀ ਕੰਨ ਖੋਲ ਕੇ ਸੁਣ ਲੈ। ਜੇ ਤੈਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਦੀ ਲੋੜ ਹੈ ਤੇ ਬੇ ਪੁੱਤਰ ਦੀ ਜੱਜ ਲੈ ਕੇ ਇਸ ਵੇਲੇ ਚ ਆਉਣ ਦਾ ਖਿਆਲ ਦਿਲ ਚੋਂ ਕਰ ਦੇ,
ते जे तू ये हिमाकत की ते फिर तेन मेरी भैन की डोली की बजाय तेन अपने पुत्र का जनाना चुकना पड़ेगा। मेरा फैसला अटल है। ओए तेरे पुत्र ने यह की सुना दिता है अदल खां, मैं ते पुत्र दियां खुशियां खरीदन लई आया सा, पर रोशन खान ने ते मेरे पुत्र दे सिर दा मुल सुना दिता है। तेनु डरन दी कोई लोड़ नहीं अकबर खान, तू बड़ी खुशी नाल अगले जुमे पुत्र दी जांज लैके आई। मैं वेख लांगा मेरा पुत्र मैनु धी दी डोली टोर तो किस तरह डकदा है। नहीं ओए अदल खान, मैनु अपने पुत्र दी जिंदगी प्यारी है। मैं पुत्र दी जांज लैके इस हवेली हुण नहीं आना। तो अपनी धी जिथे मर्जी है प्या नहीं, मेरे वालों जा भी। अकबर खां, ओ अकबर खां, ओ मेरी गल ते सुन ले अकबर खां। नहीं ओए आदम खां, तेरे पुत्र का फैसला सुनने तो बाद हुण मैं तेरी कोई गल नहीं सुन सकता। अकबर खां, मेरे पिंड दे लोको, मैं जानना वा कि तुसी सारे कमां काजां वाले लोग हो, ते मैं तुहाडा कीमती वक्त जाया नहीं करांगा, बड़ी मुख्तसर दी गल करांगा। त्यो गल है वे कि मैं अपने प्यू दे पुराने उसूल ते उहदा बुढ़ा कानून ओदे नाल ही कबर च दफन कर दिते ने, ते हुण इस पिंड लई मेरा बनाया नवा कानून है जे कि अज तो बाद मेरी जिंदगी दे आखरी सा तक इस पिंड चो किसे धी भैन की टोली बाहर नहीं जावेगी, ते ना ही कोई दूजे पिंड का कबरू इस पिंड का जवाई बनेगा। रब देख कर गोल्डन रोशन खान, अज ते तेरे प्यू बेस्ती का कफन भी मेरा नहीं होया। एडी चेती यहो जे काला कानून न बना जेदे नाल तेरे प्यू की रूह कम जाए। ओए शेरू, मैं कुछ नहीं जानता, जो कुछ मैं कहना सी कह दिता है। ओए खुदा रसूल दे बनाए हुए कानून के खिलाफ वर्जी न कर रोशन खान, नहीं ते पछताएगा। ओए जदो मेरे पछतान दा वेला आया ते मैं ओ कफन च अपना मुंह लुका लांगा, ते जे किसे ने मेरे कानून नु तोड़न दी जुरत की थी ते ओदे घर चो टोली नहीं कई जनादे निकलंगे। मेरा ए अटल फैसला है। पिंड छड़ना ही पेगा, वो इसलिए इस पिंड के रब का कहर जरूर ना खुलेगा। ओए पिंड छड़ के जाना बुजदिला का काम है, मैनु अपने भैन की टोली ऐसे पिंड टोरन ले जान भी देनी पई ते रब की साथ दरेग नहीं करेगा। बड़ी गूढ़ी नींदरे सुती पई है, अज इन बुआ बन के जगाना पेगा। तेरा बन के आने वाले आ ते अपने सिर की सलामती चन है ते ना पैरे तो जंज लेके वापस चला जा। ए मेरा फैसला अटल है। तेरा है अटल फैसला, तेरी जिंदगी ते मौत का फैसला मिठा देगा रोशन खान। हिम्मत है ते मेरी भैन की झंडरा टक के बखाए। ओए चंज दा राह ते की शेरू,
मैं तेरे साह भी डक देंगा। उस रोशन खान का उस जालम का नाम की लिया है? मेरी धी रोन लग पी है। चौधरानी जी, जे इस पिंड साडे वड्डियां दी कबरां ना होंदियां ते असीं इह पिंड ही छड्ड जाणा सी। गुड्डो ने ते साडा जीना आराम कर दिता है। रात नूं मंजियां ते सौंदा जे ते सवेरे अख कबरस्तान च खुलदी। समझ नहीं आंदी है कुड़ी साडे को काहदा बदला लै जांदी। चौधरानी जी, कोई जान होवे ते उहदे नाल गल वी करिए, पर इह कुड़ी ते है ही निरी भसूड़ी, जिदे कोलो हर वेले डर लगदा, खबरे केड़े वेले पान पत ला के हाथ च फड़ा देवे। गुड्डो गुड्डो गुड्डो, ए कुड़ी है कौन ते किहदी धी है?
ਸਾਡੇ ਫਕੀਰੂ ਦੀ ਧੀ ਹੈ ਮਾਲਕਣ। ਤੁਸੀਂ ਫਿਕਰ ਨਾ ਕਰੋ, ਮੈਂ ਫਕੀਰੂ ਤੇ ਉਹਦੀ ਧੀ ਨੂੰ ਬੁਲਾ ਕੇ ਨਾ ਦੋਵਾਂ ਦੇ ਕੰਨ ਖਿੱਚਾਂਗੀ। ਵੇਖੇ ਨਾ, ਜਵਾਨੀ ਸਾਡੇ ਤੇ ਵੀ ਆਈ ਸੀ, ਮੈਂ ਵੀ ਤੇ ਵੇਖਾਂ ਇਹ ਗੁੱਡੋ ਹੈ ਕੀ ਸ਼ੈ, ਜਿਹਦੀ ਚਾਲ ਜਵਾਨੀ ਚੜ੍ਹਦੇ ਹੀ ਬਦਲ ਗਈ। ਜਵਾਨ 10-12 ਗੱਭਰੂ ਡਾਂਗਾ ਮਾਰ ਰਹੇ ਨੇ, ਚੱਲ ਓਏ ਬਾਦਸ਼ਾਹ ਇਹਦੀ ਮਦਦ ਕਰਨੀ ਚਾਹੀਦੀ ਹੈ। ਹੋਸ਼ ਕਰ ਓਏ ਜਵਾਨਾ, ਹੋਸ਼ ਕਰ। ਕੌਣ ਹੈ ਤੂੰ? ਇਹਨਾਂ ਨਾਲ ਤੇਰੀ ਕੀ ਦੁਸ਼ਮਣੀ ਹੈ? ਕੌਣ ਹੈ ਤੂੰ? ਓਏ ਮੇਰੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਾਰੇ ਤੈਨੂੰ ਮਾਰ ਰਹੇ ਸਨ ਤੇ ਮੈਂ ਤੈਨੂੰ ਬਚਾਉਣ ਲਈ ਇਹਨਾਂ ਜਾ ਚੁੱਕਿਆ। ਹਮਦਰਦੀ ਦਾ ਸ਼ੁਕਰੀਆ, ਸ਼ੁਕਰੀਆ। ਪਰ ਸਿਆਣੇ ਕਹਿੰਦੇ ਨੇ ਪਰਾਈ ਅੱਗ ਵਿੱਚ ਕੂਦਣਾ ਭੈੜੀ ਗੱਲ ਏ। ਓਏ ਮੇਰੇ ਜੇ ਕੰਮ ਅਕਲਾਂ ਦਾ ਈਮਾਨ ਹੈ ਕਿ ਕਿਸੇ ਮਜ਼ਲੂਮ ਦੀ ਮਦਦ ਕਰਨਾ ਬੜੀ ਚੰਗੀ ਗੱਲ ਹੈ।
मैं तेनू मजलूम लगना वा। खैर 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 तू भी सच्चा है, पर गल ए वे कि ना मैं मजलूम ते ना ए जाला। वो ते मेरे मुलाजम ने इन्हां दिया रोज डांगा खा के मैं जुस्सा खोलना वा। ये मेरा रोज का ममूल है, वो की कहंदे ने वर्जिश है, वर्जिश। शावा भाई शावा, ओए चौधरी लोग ते गरीबां नूं डांगा मार के फखर महसूस करते ने, पर तू किहो जिहा चौधरी है अपने नौकरा कोलों डांगा खा के तो खुश हो रहे हैं और विड़े मुए हो जी वर्जिश दा। चंगा लगा है भोले बादशाह, चंगा लगा है। ओ तेरे जे जवान की कदर ना करना भी भैड़ी गल है। निशादो, हुण ते मैनू एक भी अंबी नजर नहीं आ रही। इंज लगता है बूटा खाली हो गया है। तो फिर जल्दी ना थले उतरिया गुड्डो, कि दरिया ना होवे के मालिक। हले थले ना उतरी गुड्डो, घोड़े वाला भाई आंदा पे इत्थे। इन्हें माली नूं दस देने मैं अंबिया लैके नस चली हाँ, तो तू सब उठ के पत्थरां च लुक जा। मर गई। चल तू चला तू आई बला डाल तू, चल तू चला तू आई बला डाल तू, चल तू चला तू आई बला डाल दे दे दे। वाह जी वाह, ये तो बड़े को सुनया सी कि चोरी का गुड़ मिठा होता है। बड़ा जब दरख्त खाली देख के पता लग गया कि चोरी दिया खटिया अंबिया भी मिठिया होंगे ने। जरा हेठा आया हाँ, मैं तेरे को पूछा थे। हाँ जी, अंबिया चुरा रहे से? ये बाग तेरे प्यो का है? फिर तो तू पक्की चोर रही है ना? ओ मेरी हर गल का जवाब सिरे ला के दे जा रही है, कुछ मुंह में बोल। गूंगी पर ठीक है, पर गूंगिया नु चोरी माफ तो नहीं ना? मैं तो इस बाग के मालिक को लेके जरूर जावांगा। मैं तेरे गूंगे और ते तरस आ गया, तू हम जा सकनी है, पर मेरी गल याद रखी, आज तो बस चोरी ना करी। अच्छा हाँ शाबाश, जा दौड़ जा। वालेकुम सलाम। वाह मालका, इस मुटियार नु इन्ना हुसन, इन्नी जवानी की दौलत दे के इस को जबान खो ली हो, तेरिया तू ही जानना परवरदिगारा। फेरी वाले जी। जी है। वालेकुम सलाम जी। देखो जी, तादे कुल कोई सोने जी मुंदरी होएगी जी? सोने जी मुंदरी नहीं, हीरे वर्गी मुंदरी, लखा मुंदरिया सोने हो। लो जी मिया जी, ऐ देखो तुहानू इहो जी मुंदरी ला के मैं देन लगा वा। ऐ मुंदरी मैं सुंदरी परी दे उंगली चो ला के तुहानू दे रहा। हाय मैं मर जा। दे रहे थे मैं क्या जी? ऐ तुसी परी दी उंगली चो ला के जायो? हाँ परी दी उंगली चो, और मुंदरी च पता की कैसी थे? इन्हें जिसने रगड़ो ना, जिथे मर्जी नु रगड़ दो, इहदे विचो छोले निकलते ने, एक जिन निकलता है, बैंकॉक दे छोले निकलते ने, अग निकल दी है, पता नहीं की सांबर पकते ने। ओ छोला मैं सोने बेबे, ए बद्दा पुत्र तेन गुमराह करना चाहता है, तो जिस दिन इन्हें तेन गुमराह किया मैं तबाह कर देंगा। ओए चुप कर, तो मेरी मां की आकबत खराब करने का समान, तो दफा हो जा। मेरी बदवा तन लगेगी, तू राख हो जाएगा, तू पागल हो जाएगा, तेन खुर पवेगी, तेन मिर्गी पवेगी, और तेरे च कीड़े पैणगे। मैं अमरूद वा तू, मैं तेन किया बनावांगा।
तू मैं डांट ले चला जाऊंगा, तू मेरे सौदे नु नहीं विकन देगा, तू मेरे सौदे नहीं विकन देना, नहीं एक दर बंद हजार दर खुले। कुड़िए तू केड़े काम लगी हुई है, नी मासी थोड़े जिने पैसे सकेले च में जमा किए सन, अज लोड़ पै गई सी तेरे चो पैसे ही नहीं निकलते पे। हूं तो एक मिनट च पैसे निकलांगे, मैं ना पिंड के सब तो वड्डे सियाने को ना इस मिट्टी के गले चो पैसे कढ़न का तरीका सीख के आया। हाँ सियाने ने कहा सी कि उस मिट्टी के गले नु ना पहले हाथे च फल ले, फिर ना हथा सिर तू उच्चा लै जाए तो फिर आराम ना छड़। सदके जावा भी सियाणे तो कैसा आसान तरीका दसिया है, एक मिनट च पैसे निकले ने, सियाने सियाने होंगे ने मासी। दफा यहो जी सियाण पैसे तो निकल आए नी, पर मेरा गला तो टुट गया ना। वो गला टुट गया तो की होया पागल खानी है, गला तो बाजारों होर भी ले आवांगे, पर अकल बाजारों नहीं मिलती, ये सिर्फ सियाने को मिलती है तो बिल्कुल मुफ्त। क्यों मासी? पुत्र भोलिया तू अजे ताई बुद्धू दा बुद्धू ही है, तैनू खबर कदों अकल आनी है। मासी बरकते जो मैं अपनी भैन मैणा की टोली टोरांगा ना मैनू सारी अकल आ जाणगियां। क्यों मैणा? पता नहीं मैं तैनू किन्नी वारी आखिया वीरा मेरे सामने मेरे विआह की गल ना करिया कर, मैनू शर्म आती है। पुत्र भोलिया भैन दे विआह दा सोचना बड़ी चंगी गल है, पर भैन दे हाथ पीले करन लई तेरे हाथ पले भी तो कुछ होना चाहिए ना। और मैं ते जानना वा मासी जिदा कोई ना होवे ओदा रब आप हुंदा है। ऐ ते ठीक है पुत्रा, एह जे नेक कम्मां च रब दी जात आप मदद करदी, पर फिर भी बंदे नु कुछ हाथ पैर मारना चाहिए। और मासी तैनू ते पता है मैं दिने राती चौधरियां दे काम ते लगा रहना वा, उन्हें तो वध की मेहनत करा। पुत्र पिंड दी चदराणी जिहड़ी ने तबीयत ते बड़ी नहीं ते गरीबां दी भी बड़ी हमदर्दी, तू किसे वेले मौका वेख के चुधराणी नाल गल करे, वो जरूर तेरी मुश्किल आसान करेगी। ओ अल्लाह तेरा भला करे मासी, ऐ गल मैं चुधराणी नाल जरूर करांगा, ते ओदे पुत्र यारो नाल भी जेड़ा मैनू अपना नौकर नहीं अपना यार समझदा। यार यार बनना सौखा है ते यारी निभाना बड़ा ही औखा कम है यारू, ते हर नथू खैरे नू यार बनाना भैड़ी गल। तैन तो मेरे सारे यार भैड़े लगते ने लाला, खबर इसलिए कि इस दुनिया ही तेरा अपना कोई यार नहीं। बकवास न कर ओए, मैं ते जानना वा जिदे डंडा विच जोर होवे उनू यार बनाने की कोई लोड़ नहीं पैंदी। ए सारे जड़े तेरे यार ने ना माल खाण वाले ने माल, ते तेरी खातिर मैदान च खलो के मार खाण वाला इन्हां चो मैनूं एक भी नजर नहीं आंदा। तेरी ते कोई भी गल अपनी समझ च नहीं आंदी लाला, पर छड्ड इस बहस नूं। ए दस अगले जुमे पीर गुलाब शाह दा मेला है, ते तू उस मेले च जाणा कि नहीं? मैं ते जरूर जावांगा, पर तू दस ऐतकी कोड दौड़ लई कोई नवा जानवर तैयार कीता है कि नहीं? एहो जिहा कोड़ा मंगवाया लाला जिहड़ा अपने जुस्से ते मक्खी नहीं बहन दिंदा। अच्छा कित्थे ओ कोड़ा? मैनू भी ते वखा यार, मैं भी उस घोड़े दी कंड ते पै के तक्का ते सही किन्ने कु पाणी विच। जरूर वेखी लाला, जमालपुर वाला मेरा यार औखा जट ओ कोड़ा लैके साडे पिंड आ रहा। रुक जा जवाना, की गल है पुटिया मेरा राह क्यों तकी? तेरा राह भी छड़ देंगा, पहला एक दस तू कौन है किथों आया है कैस पिंड च किदे कर जा आई? ओए तू तैन च पूछ रहे हैं जी मैं किसे बॉर्डर ते आ गई? ओए आहो इस पिंड दी हद नु बॉर्डर ही समझ जवाना, ओ इस लई कैस पिंड दा कानून है कि जवाई दे सिवा घोड़े दे बह के इस पिंड कोई नहीं बढ़ सकता। फिर दो घड़ी मनु इस पिंड का जवाई समझ बुढ़िया, कोड़े तू थले में नहीं उतरना। तेनू कोड़े तो उतर नहीं पाएगा मुंडिया, इस पिंड का एहो ही कानून है। मैं इस कानून नहीं मंदा माई, मैं उच्चे पिंड वाले चौधरी रोशन खान के पुत्र यारू का यार, तो कोड़े तू उतरना मेरी तौहीन है।
वे पिंड के कानून का एहतराम करना तेरी तौहीन है। फिर इस कानून मां का हुक्म समझ के मन ले मुंडिया। ऐ मेरे पिंड की आन का सवाल है। तेरी आन का सवाल है माई, मेरी भी शान का सवाल है। मैं कोड़े तू नहीं उतरना। शिचा मुंडिया, ए मेरा कानून है। इस पिंड विचों जवाई तो सिवा कोड़े तो बह के कोई नहीं लंघ सकता। कोड़े की बाग छड़ दे माई, जिद ते जिद ही सही। मेरा नाम ही औखा जट है, ते औखे काम मैं आप लभदा फिरना। अज मैं वेखांगा इस पिंड चो कोड़े ते बह के लंघन तो मैं कौन डक सकता है। मेरी मां के कानून की बेहरमती करने वाले बेखैरता, और तू कोड़े ते जरूर बैठेगा पर सवार बन के नहीं होए, मुसलमान बन के। इस बेईमान लई इन्नी सजा बधेरी है। जे बंदे दा पुत्र होया ते अज तो बाद कोड़े ते बह के इस पिंड वल मुंह नहीं करेगा। जा ए सालती, चले चले पिंड च लंघेगा। उन्हां सारे नूं इह दस्सदा जाई कि तू केड़े पिंड दा कानून तोड़न दी जुरत कीती सी। जा चुदराणी जी, पर तुसी भी ते मेरी भैन का ख्याल रखा करो। बेईमाना, ए की कह रहा है? मैं इन्हां नूं अपनी नौकरानी ने धी समझनी आ। जे धी समझ देना इहदे विआह दा भी कुछ सोचा जे, कोठे जिहड़ी हो गई है। फिर ओह गल वीरा, मतलब है जवान धीआं भैणां दे सामने उन्हां दे विआह दी गल नहीं करी दी हुंदी। मैं ना दे चली गई है ते हुण ते मैं खुल खुल आके गल कर सकदा ना। हां हां बोलिया, तू दस सही चाहना की? मैं चाहना चुदराणी जी तुहाडी मदद नाल मैं अपनी भैन का विआह कर दिया। मदद तू जिनी कहेगा मैं कर दूंगी बोलिया, पर तू तो जानना है मेरे खौम का अपनाया कानून है वे कि ना तो इस पिंड चो किसी मुटियार की टोली बाहर जाएगी तो ना कोई बाहर का घबरू इस पिंड का जवाई बन सकता है। ये तो ठीक है चुदराणी जी, पर डैन भी सत घर छड़ दिंदी है। जे तुसी चाहो तो मेरे घर इस कानून को बचा सकते हो। चलिया, जे मैं कर सकती होंगी तो जरूर कर दी। यारू ते चारे नूं मैं जमया जरूर है, पर पुत्र ते रोशन खान दे देना अपने प्यो दा बनाया कानून मैनू कदी नहीं तोड़न देंगे। एदा मतबल है मेरी भैन दा विआह कदी नहीं हो सकेगा। क्यों नहीं हो सकेगा? तू इंज कर, मैं ना वास्ते ना कोई रिश्ता लभ ते नाल दे पिंड जाके उहदा विआह कर दे। इस तरह तेरी भैन दी टोली भी टुट जाएगी ते इस पिंड दा कानून भी टुटेगा। तुहाडा भला वे चुदराणी जी, तुहाडी छोटी जी गल ना मेरी मोटी सारी अगली जा गई। चल भुलिया। तू मेरे बाबल देकर आह, तू मेरे बाबल देकर प्यार तो प्यारी मैं ना, ओ मेरी ये भैणा हो। सूरज कोलो सोना आह, चन कोल लैके चांदी तेरा बनावा गहना, ओ मेरी ये भैणा हो। तू मेरे बाबल देकर आह, तू मेरे बाबल देकर प्यार तो प्यारी मैं ना, ओ मेरी ये भैणा हो। मैनू कदे नी भुलनी तेरी तोतली तोतली बोली, सारे जग दियां खुशियां लेके
ਕਰ ਦਿਆਂ ਤੇਰੀ ਚੋਲੀ ਰੱਬ ਅੱਗੇ ਸਜਦਾ ਕਰਕੇ ਹਾਏ ਰੱਬ ਅੱਗੇ ਸਜਦਾ ਕਰਕੇ ਸੁੱਖ ਤੇਰਾ ਮੰਗ ਲੈਣਾ ਉਹ ਮੇਰੀ ਇਹ ਭੈਣਾ ਹੋ ਸੂਰਜ ਕੋਲੋਂ ਸੋਨਾ ਉਹ ਚੰਨ ਕੋਲ ਲੈ ਕੇ ਚਾਂਦੀ ਤੇਰਾ ਬਣਾਵਾਂ ਗਹਿਣਾ ਉਹ ਮੇਰੀ ਇਹ ਭੈਣਾ ਹੋ ਮੁਖੜਾ ਤੇਰਾ ਤੈਨੂੰ ਦੁਖੀ ਨਾ ਵੇਖਣ ਤੈਨੂੰ ਦੁਖੀ ਨਾ ਵੇਖਣ ਸ਼ਾਲਾ ਮੇਰੇ ਨੈਣਾ ਉਹ ਮੇਰੀ ਇਹ ਭੈਣਾ ਹੋ ਸੂਰਜ ਕੋਲੋਂ ਸੋਨਾ ਚੰਨ ਕੋਲ ਲੈ ਕੇ ਜਾਂਦੀ ਤੇਰਾ ਬਣਾਵਾਂ ਗਹਿਣਾ ਉਹ ਮੇਰੀ ਇਹ ਭੈਣਾ ਹੋ ਤੈਨੂੰ ਪਾਵਾਂਗਾ ਜਿਸ ਦੁਨੀਆਂ ਚ ਤੂੰ ਨੀ ਦਿਸਣਾ ਜਿਸ ਦੁਨੀਆਂ ਚ ਤੂੰ ਨੀ ਦਿਸਣਾ ਉੱਥੇ ਮੈਂ ਨੀ ਰਹਿਣਾ ਉਹ ਮੇਰੀ ਇਹ ਭੈਣਾ ਹੋ ਤੂੰ ਮੇਰੇ ਬਾਬਲ ਦੇ ਕਰ ਤੂੰ ਮੇਰੇ ਬਾਬਲ ਦੇ ਕਰ ਪਿਆਰ ਤੂੰ ਪਿਆਰੀ ਹੈ ਨਾ ਉਹ ਮੇਰੀ ਇਹ ਭੈਣਾ ਹੋ ਮਾਂ ਅਸੀਂ ਮੇਲੇ ਚੱਲੇ ਆ ਕੋਈ ਸ਼ਹਿ ਮੰਗਾਣੀ ਤੇ ਛੇਤੀ ਦੱਸ ਬਾਅਦ ਚ ਗਿਲਾ ਕਰਨਾ ਪੈਰੀ ਗੱਲ ਏ ਮੇਰੇ ਹਿਸਾਬ ਵਿੱਚ ਤੇ ਤੁਹਾਡਾ ਮੇਲੇ ਤੇ ਜਾਣਾ ਹੀ ਪੈਰੀ ਗੱਲ ਹੈ ਉਹ ਮਾਂ ਕੀ ਕਹਿ ਰਹੀ ਸਾਰੀ ਦੁਨੀਆ ਮੇਲਿਆਂ ਤੇ ਜਾਂਦੀ ਹੈ ਸਾਡੇ ਜਾਣੇ ਕੀ ਪੈਰ ਵੇ ਪੁੱਤਰੋ ਇਹ ਮੇਲੇ ਤੇ ਉਹਨਾਂ ਗਰੀਬਾਂ ਲਈ ਹੁੰਦੇ ਨੇ ਜਿਹੜੇ ਵਾਹੀ ਬੀਜੀ ਤੇ ਕਾਜਾ ਤੋਂ ਫਾਰਗ ਹੋ ਕੇ ਸਾਲ ਬਾਅਦ ਖੁਸ਼ੀਆਂ ਮਨਾਉਂਦੇ ਇੱਕ ਦਿਨ ਇਕੱਠੇ ਹੁੰਦੇ ਨੇ ਮਾਂ ਅਸੀਂ ਵੀ ਤੇ ਮੇਲਾ ਵੇਖਣ ਚੱਲੇ ਹਾਂ ਕੋਈ ਮੇਲਾ ਲੁੱਟਣ ਤੇ ਨਹੀਂ ਚੱਲੇ ਨਾਲੇ ਸਾਡੇ ਜਾਣ ਨਾਲ ਗਰੀਬਾਂ ਦੀਆਂ ਖੁਸ਼ੀਆਂ ਨਸ ਤੇ ਨਹੀਂ ਜਾਣਗੀਆਂ ਖੁਸ਼ੀਆਂ ਤੇ ਨਹੀਂ ਨਸਣਗੀਆਂ ਪੁੱਤਰ ਪਰ ਖੁਸ਼ੀਆਂ ਮਨਾਉਣ ਵਾਲੇ ਤੇ ਨੱਸ ਜਾਣਗੇ ਕੀ ਮਤਲਬ ਮਾਂ ਮਤਲਬ ਇਹ ਵੇ ਜਦੋਂ ਚੌਧਰੀਆਂ ਦੇ ਸਾਡੇ ਜੇ ਮੂੰਹ ਜ਼ੋਰ ਪੁੱਤਰ ਮੇਲੇ ਚ ਜਾ ਵੜਦੇ ਨੇ ਤੇ ਫਿਰ ਆਪਣੀ ਆਨ ਤੇ ਸ਼ਾਨ ਵਖਾਣ ਲਈ ਡਾਂਗਾ ਤੇ ਸੋਟਿਆਂ ਨਾਲ ਖੜਾਕ ਜ਼ਰੂਰ ਕਰਦੇ ਨੇ ਸੁਣ ਕੇ ਗਰੀਬਾਂ ਦੇ ਸਾਹ ਸੁੱਕ ਜਾਂਦੇ ਨੇ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਦੋਵੇਂ ਭਰਾ ਮੇਲੇ ਵਿੱਚ ਨਾ ਜਾਓ ਮਾਂ ਤੂੰ ਉੱਚੀ ਸ਼ਾਨ ਵਾਲੀ ਚੌਧਰਾਨੀ ਹੋ ਕੇ ਵੀ ਆਪਣੇ ਦਲੇਰ ਤੇ ਗੈਰਤਮੰਦ ਪੁੱਤਰਾਂ ਦੇ ਬਾਰੇ ਵਿੱਚ ਕਿੰਨਾ ਨੀਵਾਂ ਸੋਚਣੀ ਹੈ ਤੇ ਮੇਰੀਆਂ ਨਜ਼ਰਾਂ ਵਿੱਚ ਇਹ ਗੱਲ ਬੜੀ ਪਹਿਲੀ ਗੱਲ ਹੈ ਬੜਾ ਕੁਛ ਹੈ ਪਰ ਮੈਂ ਤੈਨੂੰ ਇਹ ਦੱਸ ਦਿਆ ਮੇਰਾ ਨਾਂ ਭਾਈ ਨੀ ਗਾ ਮੇਰਾ ਨਾਂ ਹੈ ਮਾਜੂ ਮੇਰੀ ਮਾਂ ਨੇ ਚੁਣ ਕੇ ਨਾਂ ਰੱਖਿਆ ਮਾਜੂ ਮੈਂ ਕਿਹਾ ਸਾਰੀਆਂ ਸ਼ਾਵਾਂ ਵੱਡੀਆਂ ਲੈ ਜਾ
ते मैं मुफ एक दफा और आसना तक लै ते सारा कुछ ले जा ती गुड्डी की गल करनी हो आला फाड़ो हेलो चोरी भी कर गौर ना देख बिल्कुल तेरे कपड़े ना रंग मिला ए तेरे बचपन की गुड्डी लगदी मनु है ते तेरा बचना लग हां ओए ना कर दो मां ना बड़ी सोहनी गुड्डी बड़ी सियाणी अच्छा चल ओ रोना स्यापना पा मेरे पा दा मैं तेरे गुड्डी ले आके देना ठहर जा जरा ओए लाबरी ओ तेरा बेड़ा घर को जद हो गई है बड़ी मकार निकली है ते ओए ते मनु पता भी नहीं दस गई मैं की करंगा ओ तेरा बेड़ा घर को दुकान सारी झूठ बोले उस दिन बाग इसते मिलिया से तेरिया अखा चंगिया पलिया सन उस दिन तू भी तो गुंगी बनी हुई सै पर आज बड़ा बोल रही है हाय मैं मतलब देख के कह दिता फिर क्यों होया उस दिन मैं गूंगी बन गई सा आज तू अन्ना बन गया हिसाब बराबर हो गया अच्छा सलाम अलैकुम अरे चली के ते हिसाब तो बराबर होवेगा जब तू मैनू उस मेले की चोरी का हिसाब देवेगी जेडी तू उथे की वे केड़ी चोरी आज तक मैं कोई चोरी नहीं कीती इस थैली की लुकाया होया ठहर ठहर इन हाथ ना ले इहदे च बिल्ली बाहर निकल आई ते तेनू नौंदरा मारेगी बिल्ली दिया नौंदरा तो मैं खा लांगा पर पहले मैं तलाशी तो ले लेने दे नहीं नहीं मैं दसनी हां हुन तेरे कोलो की लुकावा मैं एवें दो चार थोड़ियां चीजा चुराईया ने पर अपने लिए नहीं तो फिर किदे लिए चोरी करनी है अपने सजना लिए मित्रा लिए जिंद जाना लिए सज्जन मित्र जिंद जान मैं क्या तेरे इन्ने सारे जाना लेने हां किथे ने आ मैं तेनु मिलावा मैं क्या तेरा कोई सज्जन पैरा इतने नजर नहीं पा रहा किसे भी सारे एक मिनट सबर जवाना तेरा नाम क्या है मेरा नाम बादशाह मेरा नाम है बादशाह पता है मेरा असल नाम की है मलका लोग के प्यार ना मेनू बुड्ढो कहने मेरा नाम चंगा है ना ना रे तेरा चंगा पर करतूत बड़े पैरे ने की मतलब ए अपनी अपनी सोच की काले बादशाह सलामत जान भी अमान पावा मैं अपने सजना नू बुलावा बुला आओ मैं तुम दस बैठो 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 मैं तुझे वास्ते बहुत कुछ लेके आई ऐसे विच वन सवनी मिठाई है ते बहुत सारे खिडौने हैं तुम किसी पिंड दी राज जाओ रस्ते च मिठाई खांदे जाना ते खिडौने वंडते जाना ठीक है ना चलो शाबाश जाओ ए पढ़ो पहला चलो 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 शाबाश शाबाश क्यों बादशाह सलामत वेख लेने मेरे सज्जन ते मित्र आहो वेख लेने पर मैं कुछ और समझा सा की समझा सी मैं जो कुछ भी समझा सा गलत समझा सा पर तू मेरे नाल एक वादा कर की वादा आज तो बात तू चोरी नहीं करेगी मैं तेरे नाल वादा करनी हूँ आज तो बात चोरी नहीं करांगी नहीं करांगी नहीं करांगी शाबाश ढोल दी आवाज में दसदी है कि मेले च मुकाबले शुरू हो गए ने मैं मेले चले आवां फिर कदे मिला तेन चोरी छुड़ान वाला आप किड्डा वड्डा डाकू मेरा सब कुछ लुट के लै गया
ਸੁੰਦਰ ਬਾਦਸ਼ਾਹ ਆ ਗਿਆ। ਆਹੋ ਆ ਗਿਆ ਬਜ਼ੁਰਗੋ। ਲਓ ਵੀ ਜਵਾਨਾਂ, ਹੁਣ ਤੁਸੀਂ ਸਾਰੇ ਆਪਣੇ ਆਪਣੇ ਘੋੜਿਆਂ ਤੇ ਸਵਾਰ ਹੋ ਜਾਓ ਤੇ ਹੁਣ ਮੁਕਾਬਲਾ ਲੱਗਾ ਸ਼ੁਰੂ ਹੋਣ। ਤੰਗ ਖੋਲ ਦਿੱਤਾ ਸੀ, ਪਰ ਤੂੰ ਇਹ ਜਾਣਨਾ ਜ਼ਲੀਲ ਹਰਕਤ ਕੀਤੀ ਕਿਹਨੇ? ਇਹ ਤੇ ਮੈਂ ਨਹੀਂ ਜਾਣਦਾ, ਪਰ ਇਹਨਾਂ ਜ਼ਰੂਰ ਜਾਣਨਾ ਵਾ ਬਜ਼ੁਰਗੋ, ਜਿਹਨੂੰ ਰੱਬ ਰੱਖੇ ਉਹਨੂੰ ਕੌਣ ਚੱਕੇ। ਉਹ ਮੰਨ ਗਿਆ ਤੈਨੂੰ ਪੁੱਤਰ ਬਾਦਸ਼ਾਹ, ਤੂੰ ਸ਼ਾਹ ਸਵਾਰ ਵੀ ਹੈ ਤੇ ਸ਼ਾਹ ਜ਼ੋਰ ਵੀ ਹੈ, ਤੇਰੇ ਵਰਗੇ ਜਵਾਨ ਨੂੰ ਧੋਖੇ ਨਾਲ ਮਾਰਨਾ ਬੜਾ ਮੁਸ਼ਕਿਲ ਹੈ। ਐਲਾ ਫੜ ਆਪਣਾ ਇਨਾਮ। ਮਿਹਰਬਾਨੀ ਥੋੜੀ ਜਿਹੀ, ਮਿਹਰਬਾਨੀ ਮਿਹਰਬਾਨ ਕਰ ਦੇ, ਖੈਰ ਪਿਆਰ ਦੀ ਇਹਨਾਂ ਕੋ ਅਹਿਸਾਨ ਕਰ ਦੇ। Thank you.
ਦੀ ਮੁੰਦਰੀ ਤੇ ਵਿੱਚ ਇਸ਼ਕ ਨਗੀਨਾ ਚੜਿਆ ਸਿਰ ਤੋਂ ਲੈ ਕੇ ਪੈਰਾਂ ਤੀਕ ਰੰਗ ਪਿਆਰ ਦਾ ਚੜਿਆ ਅੱਜ ਪਿਆਰ ਤੋਂ ਪਿਆਰਿਆ ਅੱਜ ਪਿਆਰ ਤੋਂ ਪਿਆਰਿਆ ਪਿਆਰ ਦੀ ਉੱਚੀ ਸ਼ਾਨ ਕਰ ਦੇ ਦੇ ਖੈਰ ਪਿਆਰ ਦੀ ਇਹਨਾਂ ਤੂੰ ਅਹਿਸਾਨ ਕਰ ਦੇ ਇਹਸਾਨ ਕਰ ਦੇ ਮੁਕਾਬਲੇ ਜਾਣ ਦੀ ਜੁਰਤ ਕਰਕੇ ਸੀਨੇ ਠੰਡ ਪਾ ਦਿੱਤੀ ਓਏ ਨੌਕਰਾਂ ਤੇ ਕਾਮਿਆਂ ਦੀਆਂ ਡਾਂਗਾਂ ਖਾ ਕੇ ਵਰਜਿਸ਼ ਕਰਨ ਵਾਲਿਆ ਲੱਗਦਾ ਅੱਜ ਤੱਕ ਤੇਰੇ ਕੰਨਾਂ ਨੇ ਕਿਸੇ ਜੱਟ ਦੀ ਡਾਂਗ ਦਾ ਖੜਾਕ ਨਹੀਂ ਸੁਣਿਆ ਹੋਏ ਤਗੜਾ ਹੋ ਜਾ ਅੱਜ ਮੈਂ ਤੈਨੂੰ ਵੀ ਪੰਨਾਂਗਾ ਤੇ ਤੇਰੀ ਡਾਂਗ ਵੀ ਪੰਨਾਂਗਾ Yeah.
ਨਹੀਂ ਜਿੱਤਿਆ, ਇਹ ਮੁਕਾਬਲਾ ਬਰਾਬਰ ਹੈ। ਉਹ ਚੱਲ ਪੁੱਤਰ ਬਾਦਸ਼ਾਹ, ਉਹ ਜਾਣਾ ਨੂੰ ਆਪਣਾ ਭਰਾ ਸਮਝ ਕੇ ਇਹਦੇ ਗਲੇ ਮਿਲ ਤੇ ਜੱਫੀ ਘੁੱਟ ਕੇ ਪਾ ਲੈ। ਸਾਡਾ ਕੋਈ ਫੈਸਲਾ ਨਹੀਂ ਹੋਇਆ, ਇੰਜ ਕਰੀ ਕੱਲ ਨਾਲ ਦੇ ਬਾਹਰ ਵਾਲੇ ਮੈਦਾਨ ਚ ਆ ਜਾਈ, ਉੱਥੇ ਮੁਕਾਬਲਾ ਹੋਵੇਗਾ। ਉੱਥੇ ਨਾ ਮੁਨਸਫ ਹੋਣਗੇ ਨਾ ਕੋਈ ਛੁਡਾਉਣ ਵਾਲਾ, ਸਿਰਫ ਇਹ ਇਨਾਮ ਵਾਲੀ ਪੱਗ ਹੋਵੇਗੀ ਤੇ ਜਿਹਦਾ ਸਿਰ ਸਲਾਮਤ ਰਹੇਗਾ ਇਹ ਪੱਗ ਉਹਦੇ ਸਿਰ ਦਾ ਤਾਜ ਬਣ ਜਾਏਗੀ। ਠੀਕ, ਮੈਨੂੰ ਤੇਰਾ ਇਹ ਚੈਲੰਜ ਮਨਜ਼ੂਰ ਹੈ, ਪਹੁੰਚਾਈ ਕੱਲ। ਪੁੱਤਰ ਯਾਰੋ, ਜੇਲ ਚ ਤੇ ਮੇਰੇ ਦਿਨ ਥੋੜੇ ਰਹਿ ਗਏ ਨੇ, ਤੂੰ ਇਹ ਦੱਸ ਕੱਲ ਪੀਰ ਗੁਲਾਬ ਸ਼ਾਹ ਦਾ ਮੇਲਾ ਸੀ, ਉਸ ਮੇਲੇ ਚ ਤੂੰ ਤੇ ਜਾ ਰਹੇ ਨੇ, ਕੋਈ ਖੁੱਲ ਖਿਲਾ ਕੇ ਖਿਲਾਫ ਕੀਤਾ ਕਿ ਨਹੀਂ? ਖਿਲਾਫ ਤੇ ਹਜੇ ਕਰਨੇ ਸਨ ਅੱਬਾ, ਕਿਉਂ ਖੈਬ ਦੀ ਆਵਾਜ਼ ਮੇਰੇ ਤੋਂ ਪਹਿਲਾਂ ਜੇਲ ਤਾਈ ਉੱਪਰ ਜਾਣੀ ਸੀ, ਪਰ ਲਾਲੇ ਜਾ ਰਹੇ ਨੇ ਮੁਨਸਿਬਾ ਦੇ ਕਹਿਣ ਤੇ ਮੁਕਾਬਲੇ ਵਿੱਚ ਆਉਣ ਵਾਲੇ ਗੱਭਰੂ ਬਾਦਸ਼ਾਹ ਨੂੰ ਇੱਕ ਦਿਨ ਦੀ ਮੋਹਲਤ ਦੇ ਕੇ ਤੋੜ ਦਿੱਤਾ ਸੀ। ਮੁਕਾਬਲੇ ਚ ਆਉਣ ਵਾਲੇ ਨੂੰ ਮੋਹਲਤ ਦੇ ਕੇ ਤੋੜ ਦਿੱਤਾ ਸੀ? ਹਾਂ ਅੱਬਾ। ਇਹ ਤੇ ਦੱਸ, ਇਨਾਮ ਵਾਲੀ ਪੱਗ ਦਾ ਫੈਸਲਾ ਕਿਹਦੇ ਹੱਕ ਚ ਹੋਇਆ ਸੀ? ਫੈਸਲਾ ਤੇ ਅੱਜ ਹੋਵੇਗਾ ਅੱਬਾ, ਉਸੇ ਥਾਂ ਤੇ ਉਸੇ ਮੈਦਾਨ ਵਿੱਚ। ਅੱਜ ਬਾਦਸ਼ਾਹ ਦਾ ਸਿਰ ਲੱਥੇਗਾ ਤੇ ਇਨਾਮ ਵਾਲੀ ਪੱਗ ਲਾਲੇ ਜਾਲੇ ਦੇ ਸਿਰ ਤੇ ਹੋਵੇਗੀ। ਹੱਥਾਂ ਵਿੱਚ ਹੱਥ ਪਾਉਣ ਤੋਂ ਪਹਿਲਾਂ ਇਸ ਪੱਗ ਨੂੰ ਹੱਥ ਪਾਉਣਾ ਭੈੜੀ ਗੱਲ ਹੈ। ਪਰ ਚੰਗੀ ਗੱਲ ਇਹ ਵੀ ਨਹੀਂ ਚਾਹ ਰਿਹਾ ਕਿ ਤੂੰ ਮੇਰੇ ਆਉਣ ਤੋਂ ਪਹਿਲਾਂ ਕਿਧਰੇ ਲੁਕਿਆ ਹੋਇਆ ਸੀ। ਉਹ ਲੁਕਣਾ ਹੁੰਦਾ ਤੇ ਤੇਰਾ ਇਸਤਕਬਾਲ ਕਰਨ ਲਈ ਪਹਿਲੀ ਗੋਲੀ ਤੇਰੇ ਸੀਨੇ ਵਿੱਚ ਮਾਰਦਾ, ਪਰ ਮੇਰਾ ਉਸੂਲ ਹੈ ਚੁੱਪ ਕੇ ਵਾਰ ਕਰਨਾ ਬੁਜ਼ਦਿਲਾਂ ਦਾ ਕੰਮ ਹੈ ਤੇ ਨਿਹੱਤੇ ਤੇ ਗੋਲੀ ਚਲਾਉਣਾ ਬੜੀ ਭੈੜੀ ਗੱਲ ਹੈ। ਹੁਣ ਤੂੰ ਦੱਸ, ਮੌਤ ਦਾ ਮੁਕਾਬਲਾ ਕਰਨ ਲਈ ਤਾਂਗ ਹੱਥ ਵਿੱਚ ਫੜ ਕੇ ਆਏ, ਤੇਰੀ ਬੰਦੂਕ ਕਿੱਥੇ ਵੇ? ਇਹ ਚਾਹੀਦੀ ਓਏ, ਜਿਸ ਜਵਾਨ ਦੇ ਖੂਨ ਚ ਗੈਰਤ, ਸੀਨੇ ਚ ਜੁਰਤ ਤੇ ਬਾਹਾਂ ਚ ਤਾਕਤ ਹੋਵੇ, ਉਹਦੀ ਟਾਂਗ ਦੀ ਗੋਲੀ ਤੋਂ ਜ਼ਿਆਦਾ ਸੂਆ ਫਟ ਲੈਂਦੀ ਏ। ਚਾਹ ਗੋਲੀ ਅਸ਼ਕੇ ਬਈ ਜਵਾਨਾ, ਦਲੇਰ ਦੁਸ਼ਮਣਾਂ ਵਾਲੀ ਗੱਲ ਕੀਤੀ ਏ, ਚੰਗਾ ਲੱਗਾ। ਹੁਣ ਤੈਨੂੰ ਗੋਲੀ ਨਾਲ ਮਾਰਨਾ ਭੈੜੀ ਗੱਲ ਹੈ, ਤੁਰੋ ਜਾ। ਓਏ ਝੰਡਾ ਸੁਲਹ ਦਾ ਨਾ ਸਮਝੀ, ਇਹਨੂੰ ਆਪਣੀ ਮੌਤ ਦਾ ਪਰਵਾਹ ਨਾ ਸਮਝੀ। ਮੈਨੂੰ ਗੋਲੀ ਵੱਜੀ ਏ, ਦੁੱਖ ਉਸ ਗੱਲ ਦਾ ਕਿ ਗੋਲੀ ਮੇਰੀ ਕੰਡ ਤੇ ਵੱਜੀ ਏ ਤੇ ਕੰਡ ਤੇ ਗੋਲੀ ਖਾਣਾ ਗੈਰਤਮੰਦਾਂ ਲਈ ਮੌਤ ਦਾ ਮਕਾਮ ਹੀ ਹੈ। ਯਕੀਨ ਕਰ ਬਾਦਸ਼ਾਹ, ਮੈਂ ਨਾ ਤੇ ਬੁਜ਼ਦਿਲਾਂ ਤੇ ਨਾ ਬੇਗੈਰਤ, ਮੇਰੇ ਭਰਾ ਨੇ
गोली तेरी कंध ते मारी है रब दी सौ फट मेरे सीने विच लगा बादशाह मेरे भरा दी फुसली दी वजह नाल पादरी दा है मैदान तू जित गया ते नाम वाली पग मैं अपने हत्था नाल तेरे सिर ते रखांगा बादशाह तेरे सिर ते रखांगा जरूर पूछिए मसलन क्यों गल है के मैं तेरी सकी मां के नहीं हूं हरगिज नहीं बल्कि तू मेरी मात्र ही मां है तू तो मेरे प्यो की भी मत मार देती सी तेरे नाल ब्याह करने बाद ਤੇਰੀ ਚਤਰਾਈ ਨਾਲ ਤੇਰੀ ਬੇਵਫਾਈ ਨਾਲ ਤੇਰੇ ਇਸ਼ਕ ਦੀ ਸਫਾਈ ਨਾਲ ਵਾਰ ਵਾਰ ਮਰ ਗਏ ਨੇ ਹਰਦੇ ਪੁੱਤਰ ਬਹੁਤ ਦੁਖੀ ਆ ਸਦਾ ਹੀ ਦੁਖੀ ਆ ਲੈ ਦੱਸ ਇਹਦੇ ਚ ਮੇਰਾ ਕੀ ਕਸੂਰ ਹੈ ਮੈਂ ਉਹਨਾਂ ਨੂੰ ਜ਼ਹਿਰ ਦੇ ਕੇ ਤੇ ਨਹੀਂ ਨਾ ਮਾਰਿਆ ਇਹਦਾ ਰੱਬ ਹੀ ਜਾਣਦਾ ਕਿ ਉਹਨਾਂ ਨੂੰ ਜ਼ਹਿਰ ਨੇ ਮਾਰਿਆ ਖੁਦਾਈ ਕੇਰ ਨੇ ਮਾਰਿਆ ਕਿ ਉਹਨਾਂ ਗੁੱਡਿਆਂ ਨੂੰ ਤੇਰੇ ਹੁਸਨ ਦੀ ਦੁਬਿਆਰ ਨੇ ਮਾਰਿਆ ਪਰ ਇੱਕ ਗੱਲ ਮੇਰੀ ਕੰਨ ਖੋਲ ਕੇ ਯਾਦ ਰੱਖੀ ਆਪਣੇ ਪਿਓ ਦੀ ਵਫਾਤ ਦਾ ਬਦਲਾ ਮੈਂ ਇਸ ਤਰੀਕੇ ਨਾਲ ਲਵਾਂਗਾ ਕਿ ਸਾਰੀ ਜ਼ਿੰਦਗੀ ਤੂੰ ਉਹਦੀ ਸੇਵਾ ਬਣ ਕੇ ਰਵੇਂਗੀ ਇਹ ਜਿਹੜੀ ਸ਼ੌਹਰ ਵਾਲੀ ਹਸਰਤ ਹੈ ਨਾ ਇਹ ਤੂੰ ਕਬਰ ਦੇ ਵਿੱਚ ਨਾਲ ਲੈ ਕੇ ਜਾਏਗੀ ਮਤਲਬ ਕਿਉਂ मेरे इस फैसले अपने किसी पुराने हक मैर की रकम याद रखी मसलन क्यों गल दिखिया ते तू भी याद रखी मेरा नाम भी मुसीबत बीबी है मैं भी तेन यही मुसीबत पावगी कि तेन मेरे चौथे व्याह लत मारन की होश ही नहीं रही अच्छा उस विच आ गए इनाम वाली पग तू अपने सिर ते रख जिधरों भी लंघता जाएगा लोग समझणगे मुकाबला तू जीत मिली पक मैं अपने सिर ते नहीं रखांगा अपने प्राण दी बुजरी दा निशान वो अपने सिर ते रख लिया है जो मर्जी कह ले बादशाह तू मेरे डेरे ते खलोता है ते तारा है मेहमान ते हथ चुकना पहली गल लगता है चारिया तू अपने भरा दे हथा ते फट ला के अपने भरा दी जिंदगी ते अपनी इज्जत बचा ली है नहीं ते मैं तेरे सामने तेरे भरा नूं ओए खड़े खलोते नूं जमीन च कट देंदा ओए मेहमान बन के जिन्ना मर्जी हूं मेरी शराफत ते मजबूरी तो फायदा उठा ले मैं तेरी गल दा गुस्सा नहीं करांगा हां एक गल मेरी पल्ले बन ले अज तो बाद जे तू मेरे पिंड दी जू विच पैर धरन दी जुरत कीती ते मैं तेनू जिल्लत दी मौत मारांगा होर कुछ नहीं करांगा ते ए भी तेरे लिए भैड़ी गल है ना ते फिर इस पग नू संभाल के रखी जा रहा मैं उदों सिर ते रखांगा जदों तेरा सिर मेरे पैर तले होगा कम अकल दुश्मना तेरा भी कोई कसूर नहीं पुजन तो पहला हर दीवे का चानण कुछ होर वधी जांदा है दीविया ते भी तेरे लिए बड़ी पैड़ी गल है मैं की करा चारू मेरी नजर च खामत दे बनाए कानून ते पुत्रां दे करतूत
ਦੋਵੇਂ ਭੈਣੇ ਨੇ। ਬਿਲਕੁਲ ਠੀਕ ਹੈ ਜੀ ਚੁਧਾਣੀ ਜੀ, ਜੇ ਅਗਰ ਤੁਸੀਂ ਨਾ ਕਰੇ ਤੇ ਮੈਂ ਕਹਿ ਰਹੀ ਸੀ। ਅੱਛਾ ਜੀ ਤੁਸੀਂ ਕਰ ਲਓ ਫਿਰ ਉਹੀ ਬਕਵਾਸ। ਜੀ ਮਾਫ ਕਰ ਦਿਓ ਜਨਾਬ, ਮੈਂ ਲਾਲ ਚਾਰੇ ਦੀ ਗੋਲੀ ਦਾ ਜਵਾਬ ਗੋਲੀ ਨਾਲ ਵੀ ਦੇ ਸਕਦਾ ਸਾਂ, ਪਰ ਮੈਂ ਤਾਂ ਲਿਆ ਦੇ ਇਸ ਲਈ ਕੀਤਾ ਜਾਂ ਮੇਰਾ ਵੱਡਾ ਭਰਾ ਹੈ। ਉਹ ਕੀ ਪੈ ਕਹਿੰਦੇ ਹੋ ਚੌਧਰੀ ਸਾਹਿਬ, ਤੁਸੀਂ ਲਾਲੇ ਜਾਰੇ ਨੂੰ ਵੱਡਾ ਭਰਾ ਨਹੀਂ, ਡਾਡਾ ਸਮਝ ਕੇ ਉਹਦੇ ਅੱਗੇ ਬੋਲਣ ਦੀ ਜ਼ਰੂਰਤ ਨਹੀਂ ਕੀਤੀ। ਤੇ ਸ਼ੁਕਰ ਕਰੋ ਉਹਨੇ ਤੁਹਾਡੇ ਹੱਥਾਂ ਤੇ ਗੋਲੀਆਂ ਮਾਰੀਆਂ, ਜੇ ਸੀਨੇ ਚ ਮਾਰ ਦਿੰਦਾ ਤੇ ਤੁਸਾਂ ਕੀ ਕਰ ਲੈਣਾ ਸੀ। ਓਏ ਤੂੰ ਆਪਣੀ ਬਕਵਾਸ ਬੰਦ ਕਰਨੀ ਹੈ ਕਿ ਨਹੀਂ? ਉਹ ਕਰ ਦਿੰਦੇ ਆ ਜਨਾਬ, ਅਸੀਂ ਤਾਂ ਜੋ ਕਹਿਣਾ ਸੀ ਕਹਿਤਾ, ਪਰ ਹੁਣ ਨਹੀਂ ਕਵਾਂਗੇ। ਸਾਨੂੰ ਪਤਾ ਹੈ ਤੁਸੀਂ ਵੀ ਸਾਡੇ ਜਿਹਾ ਗਰੀਬ ਬੰਦਿਆਂ ਲਈ ਸ਼ੇਰ ਹੋ ਜਾਂਦੇ ਹੋ। ਸ਼ੇਰ ਪੁੱਤਰ ਜੰਮਣ ਵਾਲੀਆਂ ਮਾਵਾਂ ਦੇ ਦਿਲ ਵੀ ਵੱਡੇ ਹੁੰਦੇ ਨੇ ਮਾਂ, ਤੇ ਨਾਲੇ ਮੇਲੇ ਤੇ ਮਦਾਨਾ ਜਵਾਨਾਂ ਨੂੰ ਸੱਟਾਂ ਲੱਗੀਆਂ ਹੁੰਦੀਆਂ ਨੇ, ਤੂੰ ਕਿਉਂ ਪਰੇਸ਼ਾਨ ਹੁੰਦੀ ਹੈ? ਉਹ ਮਾਮੂਲੀ ਜਿਹਾ ਫੱਟ ਦੇ ਛੇਤੀ ਠੀਕ ਹੋ ਜਾਣਗੇ। ਇਹ ਫੱਟ ਤੇ ਪੈ ਹੀ ਜਾਏਗਾ ਪੁੱਤਰ ਵੇ, ਡਰ ਕੇ ਇਸ ਗੱਲ ਦੇ ਤੂੰ ਕਲਮ ਕੱਲਾ ਤੇ ਜਿਨ੍ਹਾਂ ਨਾਲ ਤੂੰ ਦੁਸ਼ਮਣੀ ਸੇੜਾ ਹੈ ਉਹਨਾਂ ਦੀਆਂ ਵਰੇ ਕਿੰਨੀਆਂ ਕੁ ਬਾਹਾਂ ਨੇ। ਉਹ ਮਾਂ ਹੈ ਤੇ ਮੈਂ ਨਹੀਂ ਪਤਾ ਕਿ ਉਹਨਾਂ ਦੀਆਂ ਕਿੰਨੀਆਂ ਬਾਹਾਂ ਨੇ ਕਿੰਨੀਆਂ ਬੰਦੂਕਾਂ ਨੇ, ਪਰ ਇੰਨਾ ਕੁ ਮੈਂ ਜਾਣਦਾ ਕਿ ਉਹ ਸੌ ਕਿਧਰ ਵੀ ਰਲ ਕੇ ਆ ਜਾਣ ਨਾ ਤੇ ਤੇਰੇ ਸ਼ੇਰ ਪੁੱਤਰ ਦਾ ਕੁਝ ਨਹੀਂ ਵਿਗਾੜ ਸਕਦੇ। ਕਿਉਂ ਨਹੀਂ ਵਿਗਾੜ ਸਕਦਾ? ਓਏ ਇਹ ਮੂਆ, ਜੇ ਤੂੰ ਮੇਰੀ ਮਤਰੇਈ ਮਾਂ ਨਾਲ ਨਕਾਹ ਪੜਾਉਣ ਦੀ ਨੀਅਤ ਨਾ ਬਦਲੀ ਤੇ ਮੈਂ ਤੈਨੂੰ ਦੱਸਾਂ ਮੈਂ ਤੇਰਾ ਕੀ ਵਿਗਾੜਾਂਗਾ। ਉਹ ਦੱਸ ਤੂੰ ਕੀ ਵਿਗਾੜੇਗਾ? ਤੇ ਫਿਰ ਸੁਣ, ਓਏ ਮੈਂ ਕੁਥੋਂ ਮਾਰ ਕੇ ਤੇਰਾ ਹੁਲੀਆ ਵਿਗਾੜ ਦਿਆਂਗਾ। ਇੱਕ, ਓਏ ਮੈਂ ਤੈਨੂੰ ਨੌਂਦਰਾ ਮਾਰ ਕੇ ਕੱਪੜੇ ਪਾੜ ਦਿਆਂਗਾ। ਦੋ, ਓ ਗਲੇ ਵਿੱਚ ਰਸਾ ਪਾ ਕੇ ਤੈਨੂੰ ਸੂਲੀ ਚਾੜ ਦਿਆਂਗਾ। ਤਿੰਨ, ਓ ਤੇਰਾ ਨੱਕ ਵੱਢ ਦਿਆਂਗਾ। ਚਾਰ, ਓ ਤੈਨੂੰ ਟੁੰਡਿਆਂ ਕਰ ਦਿਆਂਗਾ। ਓਏ ਪੰਜ, ਓਏ ਪੰਜ ਐਟਮੇ ਤੇਰੀਆਂ ਹੋ ਗਈਆਂ, ਔਰ ਤੂੰ ਕੀ ਸੁਣਾਣਾ? ਓ ਤੂੰ ਅਜੇ ਵੀ ਖੌਫ ਜ਼ਦਾ ਨਹੀਂ ਹੋਇਆ ਤੇ ਮੈਂ 10, 12, 15, 14 ਹੋਰ ਸਜ਼ਾਵਾਂ ਸੁਣਾ ਦਿਆਂ। ਦਿਲ ਕੀ ਬਾਤੇ ਕਹਿ ਦੇ, ਅੱਜ ਜਾ ਕੱਲ ਫਿਰ ਆ ਤੇ ਕੁਝ ਗੈਰਤ ਖਾ ਬੇਹਯਾ। ਤੂੰ ਮੈਨੂੰ ਉਰਦੂ ਚ ਕਾਇਦਾ ਪੜਾ ਦਿੱਤਾ, ਆਹੋ ਲੈ ਫਿਰ ਮੇਰਾ ਕਾਇਦਾ ਪੰਜਾਬੀ ਚ ਸੁਣ। ਪੁੱਤਰ ਹੁਣ ਮੈਂ ਆਇਆ ਜੀ ਦੇਸੀ ਕੁਸ਼ਤੀ ਚ। ਲੜਦੇ ਕਿਉਂ ਪਏ ਹੋ? ਮੌਲਵੀ ਸਾਹਿਬ ਝਗੜਾ ਜਦੋਂ ਵੀ ਹੋਇਆ ਦੰਦ ਤੇ ਹੋਇਆ, ਸਰ ਤੇ ਹੋਇਆ ਤੇ ਜ਼ਮੀਨ ਤੇ ਹੋਇਆ। ਹੁਣ ਕਾਹਦਾ ਝਗੜਾ? ਹੁਣ ਇਹ ਦੰਦ ਦਾ ਝਗੜਾ ਜੀ। ਦੰਦ? ਹਾਂ ਦੰਦ ਹੈ ਝਗੜਾ ਹੈਗਾ। ਇਹਦੀ ਮਤਰੇਈ ਮਾਂ ਮੇਰੇ ਨਾਲ ਫਿੱਟ ਹੋ ਗਈ ਹੈ, ਉਹਦਾ ਦਿਲ ਮੇਰੇ ਨਾਲ ਲੱਗ ਗਿਆ ਠਾ ਕਰਕੇ। ਉਹਦੀ ਵੀ ਮਰਜ਼ੀ ਹੈ ਤੇ ਮੇਰੀ ਵੀ ਮਰਜ਼ੀ ਹੈ। ਤੁਸੀਂ ਦੱਸੋ ਸਾਡੇ ਦੋਵਾਂ ਦੀ ਸ਼ਾਦੀ ਜਾਇਜ਼ ਹੈ ਕਿ ਨਜਾਇਜ਼? ਨਜਾਇਜ਼। ਉਹ ਜਾਇਜ਼ ਬਸ, ਮੌਲਵੀ ਸਾਹਿਬ ਨੇ ਫੈਸਲਾ ਸੁਣਾ ਦਿੱਤਾ ਹੈ, ਹੁਣ ਤੂੰ ਬੋਲੇਗਾ ਦੰਦ ਭਨਵਾ ਬੈਠੇਗਾ। ਮੈਂ ਤੁਹਾਨੂੰ ਦੱਸ ਦਿੱਤਾ ਜੀ ਮੌਲਵੀ ਸਾਹਿਬ, ਮੈਂ ਹੁਣ ਜਾ ਕੇ ਉਹਨਾਂ ਨਾਲ ਵਿਆਹ ਕਰ ਲਵਾਂ। ਤੇਰੀ ਮਾਂ ਨੂੰ ਹੱਕ ਚ ਬਿਠਾ ਦਿੱਤਾ, ਉਹਦਾ ਵਿਆਹ ਕਰਾ ਤਾ ਮੈਂ ਪੂਰਾ ਕੀਤਾ। ਮੈਂ ਕਿਹਾ ਨਾਰਾਜ਼ ਕਿਉਂ ਨਹੀਂ ਹੈ ਬਾਦਸ਼ਾਹ ਜ਼ਾਦੀਏ? ਕੱਪੜੇ ਤੇ ਸਾਬਣ ਦਾ ਆਪਣੇ ਜੋਬਣ ਦਾ ਮੁੱਲ ਦੱਸ ਤੇ ਸਾਡੇ ਕੋਲ ਆਪਣੀ ਕੀਮਤ ਵਸੂਲ ਕਰ ਲੈ। ਅੱਜ ਤੇਰੇ ਹੁਸਨ ਨੇ ਮੈਨੂੰ ਵਾਜ ਮਾਰ ਕੇ ਬੁਲਾਇਆ ਮੁਟਿਆਰੇ, ਹੁਣ ਜਿਹਨੂੰ ਮਰਜ਼ੀ ਆ ਬੁਲਾ ਲੈ।
आज मैं अपने दिल की हसरत पूरी करके जावांगा। खबरदार कुत्ती या कमीलिया, मैंने हाथ न लाई। आज कुत्ता कहो भावे कमीना कहो, तेनू मैं अपने सीने नाल जरूर लावांगा। बादशाह नूं भुल जा मुटियारे, उहने अपने पिंड च मैनूं खोड़े तां नहीं सी पैण दित्ता। अज मैं उहदे पिंड दी गैरती हिक ते सवार होवांगा ते वेखांगा मैनूं कौन टकदा है। बोले तू माफ करना चौधरी साहब, वेखो ना किसी की धी भैन की इज्जत हाथ बधाना बगैरता का काम है, तो मैं तुम्हें यह काम नहीं कर देंगा। ओ बड़ी गैरत वालिया, दो टके दिया कमियां मैं कहना दबा दे तू। इंज तो मैं नहीं जाना चौधरी साहब। ओ कल्ला तनू मैनू दस तू एक बेगैरत नू कतल करके अपने आप नू कानून दे हवाले कर दिता है, पर मैनू किने सबूत करके जा रहा है, किने सबूत करके जा रहा है। तैनू अल्लाह दे सपुर्द ते चुदरानी रहदे वाले करके जा रहा मैं ना। चुदरानी जी, मैं दिने राती यही सोचता सा कि अपनी जान वेच के भी अपनी भैन लई सूहा जोड़ा खरीदांगा, पर तकदीर ने मेरी भैन दे हाथ पीले होने तो पहले ही मेरे हाथों च हथ कड़ी पा दी है। रब का वास्ता जे मेरे जान के बाद
इस नमाणी एहसास ना होंगे ना कि लावारस हो गई। मैंने तो तू फिक्र ना कर बोलिया, मैं तेरे नवादा करनी हाँ। हूं जो तू मिलना ना तेन जेल च मुलाकात ले आएगी ना सूह जोड़ा पा के रब तर वर्षा के भाग लै चुदराणी जी। यह गल करके तो मेरे गरीब के सीने ठंड पा दी जी। हूँ मेरे मोढ़िया के सारे ही भार लै गए हैं ते हूँ मैं फांसी के फंदे भी भैन के सुहाग का हाथ समझ के अपने घर ही सजा लूंगा। रब रख हौसला ना हार मैं ना रोन की बजाय तेन तो फखर करना चाहिए। एक मजलूम कुड़ी की इज्जत बचाने लई तेरे गैरतमंद भरा ने एक बेगैरत नू कतल कर दिता है। क्यों प्यार उन्हें पागल का पुत्रा तेरा प्यो जीवन है रोंदे ते होने जेड़े यतीम हो। बुलबुलो मत रो यहां सुबहाना परे मर मेरा अब्बा तो एडा सोना सी मैं नहीं बेच वर्गे अब्बा कहना। पागल दे पुत्रा लोग जरूरत के टाइम से खोते नू प्यो बना लेंगे ले। मैं तो फिर भी तेरा प्यो हाँ अठवा दिल कर दे मैं तुहाडा मुंह नहीं मुंह नहीं फटे मुंह हले नहीं पहले मैं जरा दूध पी के मुंह मिठा कर ला तो फिर तुहाडा गुफ्तो शनीद भी करागा जरा दूध पा ले। हाँ मेरा हुक्म मन बैठते थोड़े तो रोह पाता मैं स्वाद आ गया हूं जरा चंद तो बदली लथे कुंड चुके और मैं मुखड़ा वेखा जानवर का आ तिल तेरे मुखड़े ते काला काला तिल रे तेरा कट के ले गया दिल वे तेरे मुखड़े ते काला काला तिल इंज लगता है जिवें मक्खन दे पेड़े ते मक्खी बैठी है। माहौल ना करो जी माहौल का दे जी मेरा ख्याल है कि मैं अपने ब्याह के जोर को बहुत ही खा गया मैं लोटा कितने लोटा जी मैं लिया नहीं है जी लोटा ले नहीं लोटा नहीं जग नहीं जग नहीं लोटा हाँ मैं मर गई
ਮੈਕੇ ਜੀ ਇਹ ਤੁਹਾਨੂੰ ਕੀ ਹੋ ਗਿਆ ਜੀ ਖੁਸ਼ੀਆਂ ਜੀ ਅਨਵਾਸ ਤੋਂ ਮਰਨਾ ਨਾ ਜੀ ਤੁਸੀਂ ਦੁੱਧ ਪੀ ਕੇ ਮਰਨ ਲੱਗੇ ਹੋ ਕਿ ਮੇਰੇ ਤੇ ਮਰ ਗਏ ਹੋ ਜੀ ਖੁਸ਼ੀਆਂ ਜੀ ਯਾਰੋ ਬਜ਼ੁਰਗਾਂ ਕੋਲੋਂ ਸੁਣਿਆ ਸੀ ਕਿ ਗਿੱਦੜ ਦੀ ਮੌਤ ਆਵੇ ਤੇ ਉਹ ਸ਼ਹਿਰ ਵੱਲ ਤੁਰ ਪੈਂਦਾ ਤੇਰੀ ਮੌਤ ਆਈ ਹੈ ਤੇ ਤੂੰ ਕੋਲੇ ਤੇ ਬਹਿ ਕੇ ਮੇਰੀ ਮਾਂ ਦੇ ਪਿੰਡ ਆ ਗਿਆ ਹਾਏ ਸ਼ਾਮਤ ਤੇ ਤੇਰੀ ਆਈ ਹੈ ਬਾਦਸ਼ਾਹ ਮੈਂ ਜਵਾਈ ਬਣ ਕੇ ਤੇਰੇ ਪਿੰਡ ਦਾ ਕਾਨੂੰਨ ਤੋੜਿਆ ਤੇ ਹੁਣ ਕਸਾਈ ਬਣ ਕੇ ਤੇਰੀਆਂ ਲੱਤਾਂ ਬਾਹਾਂ ਬੰਨ ਕੇ ਜਾਵਾਂਗਾ ਓਏ ਤੇਰਾ ਵੀ ਕੋਈ ਕਸੂਰ ਨਹੀਂ ਬੇਖਬਰਿਆ ਜਦੋਂ ਕਿਸੇ ਤੇਰੇ ਵਰਗੇ ਬੰਦੇ ਨੇ ਦਲੀਲ ਹੋਣਾ ਹੁੰਦਾ ਤੇ ਉਹ ਕੋਲੇ ਤੇ ਬਹਿ ਕੇ ਮੇਰੇ ਪਿੰਡ ਆ ਜਾਂਦਾ ਤੇ ਮੈਂ ਉਹਨੂੰ ਮੰਜੀ ਤੇ ਪਾ ਕੇ ਵਾਪਸ ਤੋਰ ਦੇਣਾ ਵਾ ਵੱਡਿਆ ਸੂਰਮਿਆ ਤੂੰ ਜਿਸ ਕੋਲੇ ਦੀ ਕੰਢ ਤੇ ਬਹਿ ਕੇ ਮੇਰੇ ਪਿੰਡ ਚ ਆਇਆ ਸੈ ਉਸੇ ਕੋਲੇ ਦੇ ਪੈਰਾਂ ਚ ਤੇਰੇ ਪਿੰਡੇ ਨੇ ਮੇਰੇ ਪਿੰਡ ਦੀ ਮਿੱਟੀ ਚੱਟ ਲਿੱਤੀ ਏ ਅਰੇ ਬੁਲਦਿਲ ਤੇ ਬਹਾਦਰ ਚ ਇਹੋ ਫਰਕ ਹੁੰਦਾ ਕਿ ਤੂੰ ਮੇਰੀ ਕੰਢ ਚ ਗੋਲੀ ਮਾਰੀ ਸੀ ਤੇ ਮੈਂ ਤੇਰੀ ਇੱਕ ਤੇ ਪੈਰ ਰੱਖ ਕੇ ਵੀ ਤੈਨੂੰ ਮਾਫ਼ ਕਰਨਾ ਹੋਏ ਜਾ ਇੱਥੋਂ ਟੁਰ ਜਾ ਜੇ ਮੁੜ ਕੇ ਕੋਲੇ ਤੇ ਬਹਿ ਕੇ ਜਾਂ ਪੈਦਲ ਮੇਰੇ ਪਿੰਡ ਚ ਆਉਣ ਦੀ ਜ਼ਰੂਰਤ ਕੀਤੀ ਤੇ ਮੈਂ ਤੈਨੂੰ ਚੰਗਾ ਮੁਕਾ ਦਿਆਂਗਾ ਓਏ ਇਸ ਮੁਰਦਾਰ ਨੂੰ ਚੁੱਕ ਕੇ ਇਹਦੇ ਪਿੰਡ ਲੈ ਜਾਓ ਤੇ ਜਾ ਕੇ ਇਹਦੇ ਭਰਾ ਨੂੰ ਆਖ ਦੇਣਾ ਜੇ ਮੁੜ ਕੇ ਇਹਨੇ ਮੇਰੇ ਪਿੰਡ 'ਚ ਪੈਰ ਰੱਖਣ ਦੀ ਜ਼ਰੂਰਤ ਕੀਤੀ ਤੇ ਮੈਂ ਇਹਦੀ ਲਾਸ਼ ਨੂੰ ਘੋੜੇ 'ਤੇ ਪਾ ਕੇ ਆਪ ਉਹਦੇ ਕੋਲ ਛੱਡ ਦੇਵਾਂਗਾ ਜਾਏ ਸ਼ੀਸ਼ੇ
ਵੱਲੋਂ ਤੂੰ ਖੜਾ ਮੋੜੀ ਨਾ ਕਿਤੇ ਹਾਰ ਦੇਣ ਤੂੰ ਜੋੜੀ ਨਾ ਤੇਰੇ ਬਿਨ ਜੀ ਨਾ ਸਕਾ ਸਜਣਾ ਵੇਖੀਆਂ ਜ਼ਿਲਾ ਦੀ ਸਾਜ ਤੋੜੀ ਨਾ ਦਿਲੋਂ ਪਹਿਚਾਣ ਲਈ ਹਾਲ ਵੀ ਜਾਣ ਲਈ ਦੇ ਸਦਾ ਜੇ ਮੈਂ ਤੈਥੋਂ ਦੂਰ ਰਵਾਂ ਤੂੰ ਦਿਲ ਦੀ ਜਾਣੇ ਨਾ 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 ਦਿਲ ਦੇ ਮੇਰਾ ਭਰਾ ਫਟਰ ਹੋ ਕੇ ਆਇਆ ਤੇ ਫਿਰ ਤੁਸੀਂ ਜੂਦੇ ਵਾਪਸ ਕਿਸ ਤਰ੍ਹਾਂ ਗਏ ਹੋ? ਓਏ ਪੁੱਸ ਦਿਲੋ, ਜੇ ਤੁਸੀਂ ਨਿਮਕ ਹਲਾਲ ਹੁੰਦੇ ਤੇ ਮੇਰੇ ਭਰਾ ਦੇ ਇੱਕ ਇੱਕ ਫੱਟ ਦਾ ਬਦਲਾ ਲੈਣ ਲਈ ਤੁਸੀਂ ਬਾਦਸ਼ਾਹ ਨੂੰ ਮਾਰ ਦਿੰਦੇ ਜਾਂ ਤੁਸੀਂ ਆਪ ਮਰ ਜਾਂਦੇ, ਆਪ ਮਰ ਜਾਂਦੇ। ਭਰਾ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਜੇ ਅੱਜ ਮੈਂ ਬਾਦਸ਼ਾਹ ਦੇ ਦੌਰ ਤੇ ਉਹਦੇ ਪਿੰਡ ਦਾ ਕਾਨੂੰਨ ਨਾ ਤੋੜਾਂ ਤੇ ਭੈੜੀ ਗੱਲ ਏ, ਭੈੜੀ ਗੱਲ ਏ। ਦਿਨ ਦਿਹਾੜੇ ਪਿੰਡ ਹੀ ਡਾਕੂ ਆ ਗਏ ਨਾ ਮਾਂ। ਤੂੰ ਆਰਾਮ ਨਾਲ ਬਹਿ ਕੇ ਰੋਟੀ ਖਾ। ਗਰੀਬਾਂ ਦੇ ਪਿੰਡ ਵਿੱਚ ਡਾਕੂਆਂ ਨੇ ਕੀ ਲੁੱਟਣ ਆਣਾ? ਉਹ ਧੋਬੀਆਂ ਦੀ ਧੀ ਦਾ ਵਿਆਹ ਹੈਗਾ ਤੇ ਮੇਰਾ ਖਿਆਲ ਹੈ ਜਾਂਜੀ ਹਵਾਈ 'ਚ ਗੋਲੀਆਂ ਚਲਾ ਕੇ ਖੁਸ਼ੀਆਂ ਮਨਾ ਰਹੇ ਨੇ। ਲੈ ਪੜ, ਮੈਂ ਵੇਖ ਕੇ ਆਉਂਦੀ ਹਾਂ, ਤੂੰ ਰੋਟੀ ਖਾ, ਚੱਲ ਸ਼ਾਬਾਸ਼। ਮਾਂ ਮਾਂ, ਉਹ ਦਰਵਾਜ਼ਾ ਕਿਉਂ ਬੰਦ ਕਰਤਾ? ਕੁੰਡੀ ਤੇ ਖੋਲਦੀ ਜਾ। ਡਰਦਾ ਮਾਰਾ ਨਹੀਂ ਆਇਆ, ਪਰ ਉਹਦੀ ਮਾਂ ਆ ਗਈ ਹੈ ਜਿਹਦਾ ਇਸ ਪਿੰਡ 'ਚ ਕਾਨੂੰਨ ਚੱਲਦਾ ਹੈ। ਕੌਣ ਹੈ ਮੁੰਡਿਆ ਤੂੰ ਤੇ ਮੇਰੇ ਪਿੰਡ ਵਿੱਚ ਬੰਦੂਕਾਂ ਦੇ ਬੱਚੀਆਂ ਲੈ ਕੇ ਕਿਉਂ ਆਏ? ਕੀ ਚਾਹੁੰਦੇ ਤੂੰ? ਮਾਂ ਦੁਸ਼ਮਣ ਦੀ ਵੀ ਹੋਵੇ ਤੇ ਉਹਨੂੰ ਮੈਂ ਵੀ ਮਾਂ ਹੀ ਸਮਝਣਾ ਵਾ। ਤੈਨੂੰ ਵੇਖ ਕੇ ਘੋੜੇ ਤੋਂ ਉਤਰ ਆਇਆ, ਇਹ ਤੇਰਾ ਇਹਤਰਾਮ ਹੈ ਤੇ ਮੈਨੂੰ ਤੇਰੇ ਪੁੱਤਰ ਦੇ ਸਿਰ ਦੀ ਲੋੜ ਹੈ, ਇਹ ਮੇਰਾ ਇੰਤਕਾਮ ਹੈ। ਦੱਸ ਕਿੱਥੇ ਤੇਰਾ ਪੁੱਤਰ? ਮੌਤ ਦੀ ਆਵਾਜ਼ ਸੁਣ ਕੇ ਤੇਰੇ ਪੁੱਤਰ ਦਾ ਲੁੱਕ ਜਾਣਾ ਹੈ, ਬੜੀ ਪੈੜੀ ਗੱਲ ਏ, ਪੈੜੀ ਗੱਲ ਏ। ਵੇ ਤੇਰੀ ਪਹਿਲੀ ਪੈੜੀ ਗੱਲ ਏ ਵੇ ਕਿ ਤੂੰ ਮੇਰੇ ਪਿੰਡ ਦਾ ਕਾਨੂੰਨ ਤੋੜਿਆ। ਦੂਜੀ ਪੈੜੀ ਗੱਲ ਏ ਵੇ ਕਿ ਤੂੰ ਮੇਰੇ ਇੱਕ ਪੁੱਤਰ ਦੇ ਬਦਲੇ ਕਿੰਨੀਆਂ ਹੀ ਮਾਵਾਂ ਦੇ ਬੇਗੁਨਾਹ ਪੁੱਤਰਾਂ ਨੂੰ ਮੌਤ ਦੇ ਨਿਸ਼ਾਨੇ ਤੇ ਖਿਲਾਰਿਆ ਹੋਇਆ। ਤੇ ਤੀਜੀ ਪੈੜੀ ਗੱਲ ਏ ਵੇ ਕਿ ਤੂੰ ਮੈਨੂੰ ਮੇਰੇ ਪੁੱਤਰ ਦਾ ਜੁਰਮ ਦੱਸੇ ਤੋਂ ਪਹਿਲੇ ਹੀ ਉਹਦਾ ਸਿਰ ਮੰਗਿਆ। ਤੇਰੇ ਪੁੱਤਰ ਦਾ ਜੁਰਮ ਐਵੇਂ ਮਾਈ ਕਿ ਉਹਨੇ ਤੇਰੇ ਕਾਨੂੰਨ ਦਾ ਸਿਰ ਉੱਚਾ ਰੱਖਣ ਲਈ
मेरे भरा यारू नू ओदे ही लहू विच रंग दिता है ते मेरी दुश्मनी पिंड दे ना बेगुनाह नाल नहीं तेरे वास कानून ना ले जिदा रखा तेरा पुत्तर रे पुत्तर रे वे मेरे पुत्र ने पिंड दा कानून तोड़न वाले नू सजा दे के कोई जर्म नहीं कीता हुन क्यों दस की चाहने मैं की चाहना मैं नहीं चाहता कि इस पिंड दे मासूम बच्चे यतीम तिया बेड़ा बेवा ते माँ पे बे औलाद हो जा जे तू इस खून खराबे नू रोकना चाहनी है ते फिर अपना पुत्र मेरे हवाले कर दे ओदे बाद मैं ओदा सिर लावा या चुकावा ये मेरी मर्जी है सोचण की लग पई है माई जे तू मेरी शर्त पूरी ना की थी ते इस पिंड विच बेगुनाह भी कतल होणगे यतीम भी रोणगे ते कर कर बैण भी पैणगे ते मेरियां नजरां विच ए गल बड़ी तौड़ी गल है वड्डी मां मेरे अब्बे दी जान बचा ले तेरी शर्त मंजूर है मुड़िया मेरा पुत्र सिर्फ बादशाह मैं ना सारे पुत्रां नूं मां वां जे एक पुत्र की कुर्बानी लेके बाकी पुत्रां की जान बचती होवे ते मावां लई सौदा महंगा नहीं हुंदा मैं बादशाह नूं लैके हुणे आवां तेरी एक गल पैड़ी नहीं मां होण दा हक अदा कर दिता है मां मैनू अंदर बंद करके आप बाहर चंज वेखण गई सी छेती दस मां केड़ी कयामत देख के आई है जिदी वजह तो तेरा सिर नहीं आओगे जे तू मेरी गल मन लवे तो पिंड कयामत चल भी सकती है खुल के गल मां तू कहना की चाहनी है कहना यह चाहनी है पुत्र वे यारो दी बेजती दा बदला लेन लई ओदा भरा मौत दा फरिश्ता बन के पिंड विच आया होया ते फिर छेती नाल दरवाजा खोल दे मां मैं हुणे जाके उहनूं इह दस देना वा कि इंसान दे खून च खैरत दिल च ईमान की ताकत हो फरिश्तियां दे सिर आप इंसान दे पैरां च आ जांदे ने नहीं पुत्र वे नहीं मैं अपने पिंड विच खून खराबा नहीं वेख सकती चारे ने पिंड दे लोकां नूं बंदूकां दे निशाने ते रखिया होया है उते एक इशारे नाल पिंड दीआं कंधां बेगुनाह इंसानां दे खूनां नाल रंगीआं जाणगीआं ते मैं अपने हस्ते वास्ते पिंड नूं कब्रिस्तान नहीं बनाना चाहुंदी छेती दस मां तू चाहुंदी की है मैं तेरे सिर दी कुर्बानी दे के मावां दे पुत्तर पैना दे वीर ते तियां दे सुहाग बचाना चाहनी हां इस लई तेरे पुछे बगैर चारे नाल इस गल दा वादा भी कर रही हां हुण तू दस मां दा वादा पूरा करन लई जान दे सकने तेरा हुक्म होवे ते मैं अपनी जान भी कुर्बान कर सकना वा मां पर इस लई गल चांदी नहीं आंदी है वे पुत्तर दी आन मां दी जबान नालों ज्यादा कीमती नहीं हुंदी बादशाह जे मां दी जबान पूरी करन लई तेरी आन ते शान कटती है ते फिर मैं सिर तो चादर ला के जारे दे पैरां विच रख देनी हां मेरा नंगा सिर वेख के शायद ओदे दिल च रहम आ जाए ते बेगुनाहां दी जान बच जाए रुक जा मां अपने सिर दी चादर जारे दे पैरां च ना रखी ए चादर तेरे पाक सिर ते चंगी लगदी है मां मेरा भावें सिर लै जाए पर मैं तेरी इस चादर की बेहुरमती नहीं आन देंगा नहीं आन देंगा मां नहीं आन देंगा हुण ते दरवाजा खोल दी मां Thank you.
सौदा करके बहादुर वाला नहीं बोतला वाला काम किया है। मेरी मां नाल जड़ी जबान तेरी हुई है ओदी खातर मैं अपना सिर नीवा करके तेरे सामने खलो गया मां है। जा गोली नीवे सिर ते वार करना बड़ी पैड़ी गल है। दुश्मन का सिर ला के नहीं चुका के बाजी जितना जवाना दा कम है। इस तो पहला मैं तेरी मां का एहतराम करन लई घोड़े तो थले उतर आया सा और तेरे पिंड का कानून तोड़न लई इस रकाब की बजाय तेरे हाथों से पैर धर के घोड़े ते बैठांगा। बेटे मां की खातिर दुश्मन अगे सिर चुकाई लिया पुत्रा फिर हूं हाथ अगह बता के तेरी यह भी शर्त पूरी करते मां। थले कर लो पिंडा लियो इस मां दे पैरां दी तुफैल तुहाडे सिरां तों मौत चल गई है। इस मां दा शुक्रिया अदा न करना तुहाडे लई बड़ी भैड़ी गल। अपने पिंड च मेरे हथों जलील होने तो बाद तेनू ते शर्म नाल डुब के मर जाना चाहिदा सी। ओए तू किन्नी तीत मिट्टी दा बनिया होया है। ओए तेरे जिन्ना हथां ते मैं पैर रख के घोड़े ते बैठा सा तू ओही खाली हथ लैके मेरे सामने आ खलोता है किन्नी भैड़ी गल है। ओए जिस गल ते तू फखर कर रहा है तेरी बोल ले जा रहा ओ तेरी ताकत तक कमाल नहीं सी। मेरी मां का हुक्म सी कि मैं तेरे पैरों तले हाथ रख दिया ते तू कोड़े ते बह जाए। याद रखी ओए और पिंड भी तेरा ही जू भी तेरी है ते मैं तेरी हिक ते पैर रख के अपने ऐस कोड़े ते बैठा नहीं। हादसा इसलिए आ रहा है कि टिड्डी पहाड़ नू टाण आ गई है। गुस्सा भी आ रहा है गुस्सा इसलिए आ रहा है कि तू छोटे मुंह चों वड्डी गल करती है ते हुण इस गल दा मुल पाना ही पवेगा। जे ना पाया ते फिर बहुत ही बहुत भैड़ी गल हो जाएगी। Thank you.
खोए मैं तेरी हिक से पैर रख के अपनी बेस्ती का बदला ले लिया और मैं दूआ बदला तेरे को यह लवांगा कि तेरे पिंड का चुआई बन के तेरे प्यो का कानून तोड़ांगा। उठो अपने पिंड के मुटियार ने चंगी तरह देख लिया है ऐसे नु बयान आसे नशेरे बन के आवांगा के चंज टक सके ते टक ले की ऐ शेर दे बजा नहीं जमना नहीं जमना तेरे जे हार हार नहीं जमना नहीं हे
तू अपने भरा की सजा के खिलाफ अपील करने वकील बनाई सा ना, पर हूं तो तू समझ के होगी तेरे अपने भरा के जुर्म मेरे यार के कतल का बदला लैन लई मेरे बंदे ने तेरे तो तक पहुंचा दिया। की मतलब? मतलब है वे कि हूं मेरी तकदीर जित गई है, तेरी तकदीर हार गई है। हूं मैं अपने यार के खून का बदला लैन लई कातल की पैन की इज्जत खून के हाथ लगने तो कोई रोक सकता। बकवास ना कर यारू, अपने बगैर यार की मौत का बदला लैन के नशे चाह ना भूल कि तेरी मां ने मैनू धी ते तेरे भरा चारे ने मैनू भैन बनाया होया है। यह गल तो मैं भी जानना वा, जबान के रिश्ते आन ते ईमान की दौड़ बचे हो बहुत मजबूत होंगे ने। सवाल मेरे भरा की आन ते मां का ईमान का नहीं, मेरे इंतकाम का। अपने भरा की आखिरी ख्वाहिश पूरी करने लई ऐ सूहा जोड़ा पा लै। जलो तू जेल ओदी मुलाकात ली जाएगी ना ते तैनू वोटी दे रूप च वेख के बड़ा ही खुश होवेगा। सोचन जी लग पई है मैं ना, हुण तैन अपना जिसम ढकन लई ऐ सूहा जोड़ा पाना ही पैगा। तेरी मुलाकात आई है देवड़ी चाल। मेरी मुलाकात? एक जवान कुड़ी बबियां दा जोड़ा पा के आई है, जल्दी चल। वो मेरी भैन मैं नहीं हो सकती है अंजला। चुदराणी उन्होंने मेरी भैन का विआह करके ते अपना वादा पूरा कर दिता है। मैना मैनू वेख के मुंह तू मोड़ ही पैना। मैं जानना तू मेरे नाल तो नाराज ना कि मैं तेरी डोली मोढ़ा देना से नहीं आ सकिया। तेरा गुस्सा बजा है पर तेरे भरा की मजबूरी भी तेरे सामने है। मैं माफ कर दे मैं ना, तेरा दस तेरा लाड़ा कितने तीरा जे मैं सुहागन बढ़ती ते फिर लाड़ा भी मेरे ना जरूर आंदा, पर मैं गल की है मेरी भैने तेरी जबान रुक गई है ते अथरू टुर पैने। सूहा जोड़ा पान तो बाद केड़ा दुख है जरा अथरू बन के तेरी अखा च आ गए। दुख सुना ले तेरे कोल आई हां वीरा, ऐ सूहा जोड़ा सुहाग दा नहीं, ऐ ते मेरी इज्जत दे लहू च रंगिया होया कफन है जिन्नू जिस्म ते लपेट के मैं तेरे कोल आई हां। देख की कह रही है मैना, रब दा नां ही मैनू उस सारम दा नां दस दे मेरा तू सुन के तू अपने कन्ना ते हाथ रख लेने वीरा, पर हुण मेरा अंजाम एक लई अपनी अखां खुल्लियां रखी मेरा की इस्तकबाल करेंगे ते ताड़ी तबीयत खुश हो जाएगी। अच्छा जे गल है ते फिर आज मेरा नहीं मेरे पुत्रों का फैसला अटल है। तेरी आनी
बजने लगे जेल च रिहा होके आ गए ने। हाँ हाय अब्बा, तू रोशन खान का नाम सुन के डर क्यों गया? होने तेन की कहना है? ये तो रवि जानता थी है। और रोशन खान ने कहना की है तो करना की है। ओदा हर फैसला अटल होगा। तेरी ये गुंजलदार गल मेरी समझ च नहीं आई अब्बा। सीधी तरह दस, तू कहना की चाहना है? मैं कहना ही चाहना थी है कि मैं तेरा असल प्यो नहीं, तू रोशन खान दी है। चुदरानी तेरी मां है, की कह रहे हैं अब्बा? मैं रोशन खान की धी हाँ। हाँ धीए, जड़ा राज मेरे सीने छुपा हुआ सी, अज रोशन खान के पैरों की पहली धमक नाल उस राज दिया खुल गई।
अज तो 18 साल पहले की गल जदों तेरा प्यो रोशन खान कतल दे जुर्म की सजा भुगतन लई जेल च कैद सी। मेरे बच्चे, मेरे बच्चे। फकीरू, तू मेरी तेरी जान बचा के मेरे ते बड़ा वड्डा एहसान कीता। गल मेरे एहसान दी नहीं, इस मासूम बच्चे दी जान दी जिहड़ी अजे भी खतरे च। इहदी कबर दा निशान वेख के लोग रोशन खान नूं इह दसणगे कि उहदी बच्ची जिंदा दफन हो गई। ਇਹ ਰਾਸ ਖੁੱਲ ਗਿਆ ਤੇ ਤੁਮ ਚੌਧਰੀ ਦੇ ਅਜ਼ਾਬ ਕੋਲੋਂ ਮੈਨੂੰ ਕੌਣ ਬਚਾਏਗਾ? ਜਿੱਥੇ ਐਡਾ ਵੱਡਾ ਅਹਿਸਾਨ ਕੀਤਾ ਈ ਉੱਥੇ ਮੇਰੇ ਤੇ ਇੱਕ ਅਹਿਸਾਨ ਖੋਰ ਕਰਦੇ ਫਕੀਰੂ। ਤੁਸੀਂ ਹੁਕਮ ਕਰੋ ਜਿੱਦਾਂ। ਇਸ ਮਾਸੂਮ ਨੂੰ ਆਪਣੀ ਧੀ ਬਣਾ ਕੇ ਆਪਣੇ ਕੋਲ ਰੱਖ ਤੇ ਮੇਰੀ ਅਮਾਨਤ ਬਣ ਕੇ ਤੇਰੇ ਕੋਲ ਪਲੇਗੀ। ਜਿਸ ਦਿਨ ਇਹਦਾ ਸਾਰਾ ਜੀਵ ਕਿਲੋ ਰੱਖਾ ਹੋ ਕੇ ਆਏਗਾ ਉਸ ਦਿਨ ਮੈਂ ਆਪਣੀ ਅਮਾਨਤ ਤੇਰੇ ਕੋਲ ਆ ਕੇ ਵਾਪਸ ਲੈ ਜਾਵਾਂਗੀ। ਇਹਦਾ ਮਤਲਬ ਹੈ मैं रोशन खान की धी। हाँ धी, तू रोशन खान की धी ते मैं तेरी वो बदनसीब मां वा जिहड़ी तैनू धी कह के आज तक सीने नाल नहीं ला सकी। तेरे प्यू दे जुल्म दी कहानी अल्लाह दे इस नेक बंदे फकीरू ने सुना दीती है ते हुण तेरे ओ जालम प्यू नूं ओदी जवान धी दा चेहरा मैं वखावांगी। आ मेरे नाल आ मेरी धी। रब्बा तेरा लखन क्या अज मैं चौधरानी दी अमानत ओदे सुपुरद करके सुरखरू हो गया। रेशमा, रेशमा, बड़ी हैरानगी दी गल है पुत्रो, मैं 18 साल बाद जेलो रिहा होके घर आया ते तुहाडी मां घरों गायब है। ओए उहनूं पता नहीं सी अज मेरी रिहाई दा दिन है। पता सी उहनूं अब्बा कि तू अज जेलों रिहा होके घर आना है, पर खबरे क्यों तेरे आन दी खबर सुन के वो घर छड गई टुर गई। हुण मेरी समझ विच ये नहीं आंदा कि तेरा रिहा होके घर आना ते मां दा घर छड के टुर जाना, इन्हां दोहां गल्लां विचों केड़ी गल पैड़ी है? के मतलब? मतलब मैं दसनी रोशन खान। रेशमा तू किथे गई सै? तैनू रिहाई दी मुबारकबाद देन लई ओ तोहफा लैन गई सां जिहड़ा 18 साल तो मैं तेरे कोलों लुका के रख्या होया सी। अंदर आ जा कुड़िए। रेशमा गल नूं गुंजल च ना पा, सिद्धी तरह दस मैं क्या कौन है। ए ए तेरी धी गुड्डो रोशन खान। मां तू अज तक एक गल लुकाई क्यों सी? ए ते बड़ी पैड़ी गल है। गल ते कोई भी पैड़ी नहीं होंदी पुत्रा, बंदा ही पैड़ा होंदा है जिदे मुंह पैड़ी गल निकलदी। बकवास ना कर, जे गुटो मेरी धी है ते फिर दस मेरी धी जमण तो बाद जिंदा दफन होने तो बच किस तरह गई सी? मारन वाले दी हिम्मत कोलो उस बचान वाले दी रहमत ज्यादा ताकतवर होंदी रोशन खान। नहीं अब्बा नहीं। चारिया, तू अपनी भैन की जान बचाने लई प्यो दे कानून नु तोड़ना चाहना है? अकवार जा, मैं ती मार देंगा पर अपना उसूल नहीं टुट देंगा। मेरा फैसला टल जाए। पैड़ी गल है अब्बा, पैड़ी गल है, पर नाराज ना होनी। मैं भैन की जान बचाने लई नहीं अपनी आन बचाने लई तेरा हथ रोक गया। अज मेरे दुश्मन बादशाह ने परे बाजार च खलो के एक चैलेंज कीता सी के ओ गल सेरे बन के गुट्टो दी टोली लैण लई इस पिंड च आएगा ते मैं ओदा चैलेंज कबूल कीता होया। हुण जे तू इहनूं मार दिता ते मेरा दुश्मन इहो ही समझेगा
ਵੈਸੀ ਉਹਦਾ ਜਵਾਈ ਬਣਨ ਦੇ ਡਰ ਤੋਂ ਧੀ ਮਾਰ ਦਿੱਤੀ ਤੇ ਗੱਲ ਬੜੀ ਪੈਰੀ ਕਰ ਲਿਆ ਬਾ ਪੈਰੀ ਕਰ ਲਈ ਮੈਂ ਕੀ ਕਹਿ ਰਿਹਾ ਪੁੱਤਰਾ ਮੇਰੇ ਤੇ ਪਿੰਡ ਦਾ ਜਵਾਈ ਬਣਨ ਦੀ ਕੋਈ ਜ਼ਰੂਰਤ ਨਹੀਂ ਕਰ ਸਕਦਾ ਉਹ ਕਿਹੜਾ ਮਾਈ ਦਾ ਲਾਲ ਹੈ ਜਿਹਨੇ ਮੇਰਾ ਜਵਾਈ ਬਣਨ ਲਈ ਆਪਣੀ ਮਾਂ ਨੂੰ ਲਲਕਾਰਿਆ ਸਿਰਫ ਅੱਜ ਦਾ ਦਿਨ ਗੁਜ਼ਾਰ ਲਿਆ ਅੱਬਾ ਕੱਲ ਤੂੰ ਆਪਣੀਆਂ ਅੱਖਾਂ ਨਾਲ ਉਸ ਦੁਸ਼ਮਣ ਦੀ ਲਾਸ਼ ਮੇਰੇ ਪੈਰਾਂ ਹੇਠ ਵੇਖੀ ਉਹਦੇ ਬਾਅਦ ਜਿੰਨੇ ਸਾਲ ਤੂੰ ਜੇਲ੍ਹ ਵਿੱਚ ਕੱਟੇ ਬੇਸ਼ੱਕ ਉਹਨੀਆਂ ਹੀ ਗੋਲੀਆਂ ਤੈਨੂੰ ਮਾਰਦੀ ਜੇ ਮੈਂ ਤੇਰਾ ਹੱਥ ਡੱਕਾਂ ਤੇ ਉਹ ਫਿਰ ਪੈਰੀ ਕਰ ਬਿਲਕੁਲ ਠੀਕ ਹੈ ਲਾਲਾ ਕੱਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਇਸ ਹਵੇਲੀ ਤੋਂ ਸਾਡੀ ਭੈਣ ਦੀ ਟੋਲੀ ਨਹੀਂ ਜਲਾਉਂਦਾ ਨਿਕਲੇਗਾ ਠੀਕ ਹੈ ਪੁੱਤਰਾ ਮੇਰੇ ਤੇ ਪਿਓ ਨੇ ਮੇਰੀ ਗੱਲ ਨਹੀਂ ਸੀ ਮੰਨੀ ਪਰ ਮੈਂ ਤੁਹਾਡੀ ਗੱਲ ਮੰਨ ਕੇ ਗੁੱਡੋ ਦੀ ਜ਼ਿੰਦਗੀ ਦਾ ਇੱਕ ਦਿਨ ਹੋਰ ਵਧਾ ਦੇਣਾ ਪਰ ਕੱਲ ਦਾ ਦਿਨ ਗੁੱਡੋ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ ਮੇਰਾ ਇਹ ਫੈਸਲਾ ਅਟਲ ਜੇ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਮਾਂ ਜੇ ਮੈਂ ਕੱਲ ਉੱਥੇ ਸਿਹਰੇ ਬਣ ਕੇ ਨਾ ਗਿਆ ਤੇ ਸਾਰੀ ਹਯਾਤੀ ਸਿਰ ਚੁੱਕ ਕੇ ਤੁਰਨ ਜੋਗਾ ਨਹੀਂ ਰਵਾਂਗਾ ਜਿਤਨਾ ਕਰ ਪੁੱਤਰ ਮਾਂ ਲਈ ਸਬਰ ਕਰ ਲੈ ਮੈਂ ਆਪ ਤੇਰੇ ਸਿਰ ਤੇ ਸਿਰੇ ਸਜਾ ਕੇ ਉਸ ਦਿਨ ਤੇਰੀ ਜਾਨ ਚਾਰਾਂਗੀ ਜਿਸ ਦਿਨ ਰੋਸ਼ਨ ਖਾਨ ਜੇਲ੍ਹ ਵਿੱਚ ਰਿਹਾ ਹੋ ਕੇ ਆਪਣੇ ਪਿੰਡ ਆਵੇਗਾ ਰੋਸ਼ਨ ਖਾਨ ਜੇਲ੍ਹ ਵਿੱਚ ਰਿਹਾ ਹੋ ਕੇ ਅੱਜ ਆ ਗਏ ਮਾਸੀ ਨੇ ਦੁਸ਼ਮਣ ਦੀ ਰਿਹਾਈ ਦੀ ਖਬਰ ਦੇਣ ਵਾਲੀ ਹੈ ਤੂੰ ਆਪ ਕੌਣ ਮਾਂ ਇਹ ਤੇਰੀ ਹੋਣ ਵਾਲੀ ਨੂੰ ਗੁੱਡੋ ਹੈ ਜਿਹਦੀ ਟੋਲੀ ਲੈਣ ਲਈ ਮੈਂ ਇਹਦੇ ਪਿੰਡ ਜਾਣਾ ਹੈ ਕੁੜੀਏ ਮਾਪਿਆਂ ਦੇ ਘਰ ਦੀ ਤਾਂ ਨੀਵੀਂ ਦਲੀਜ ਵੀ ਧੀਆਂ ਲਈ ਬੜੀ ਉੱਚੀ ਕੰਧ ਹੁੰਦੀ ਹੈ ਤੇ ਤੂੰ ਰਾਤ ਦੇ ਹਨੇਰੇ ਵਿੱਚੋਂ ਕੰਧ ਟੱਪ ਕੇ ਇੱਥੇ ਕੀ ਲੈਣ ਆਈ ਹੈ ਮੈਂ ਕੁਝ ਲੈਣ ਨਹੀਂ ਕਹਿਣਾ ਹੈ ਮਾਸੀ ਕਿ ਮੈਂ ਰੋਸ਼ਨ ਖਾਨ ਦੀ ਧੀ ਹਾਂ ਤੂੰ ਰੋਸ਼ਨ ਖਾਨ ਦੀ ਧੀ ਹੈ ਹਾਂ ਮਾਸੀ ਗੁੱਡੋ ਤੂੰ ਤਾਂ ਮੈਨੂੰ ਕਿਹਾ ਸੀ ਕਿ ਤੂੰ ਬੜੇ ਗਰੀਬ ਪਿਓ ਦੀ ਧੀ ਹੈ ਮੈਂ ਤੇਰੇ ਨਾਲ ਸੱਚ ਉਦੋਂ ਵੀ ਬੋਲਿਆ ਸੀ ਤੇ ਝੂਠ ਮੈਂ ਅੱਜ ਵੀ ਨਹੀਂ ਬੋਲ ਰਹੀ ਇਹ ਬੜੀ ਲੰਮੀ ਕਹਾਣੀ ਜ਼ਿੰਦਗੀ ਰਹੀ ਤੇ ਜ਼ਰੂਰ ਸੁਣਾਵਾਂਗੀ ਮੈਂ ਇਸ ਲਈ ਸਿਰਫ ਤੈਨੂੰ ਇਹ ਦੱਸਣ ਲਈ ਆਈ ਹਾਂ ਕਿ ਕੱਲ੍ਹ ਤੂੰ ਸਿਹਰਾ ਬਣ ਕੇ ਮੇਰੇ ਪਿੰਡ ਆਏਗਾ ਤੇ ਉੱਥੇ ਤੇਰਾ ਇਸਤਕਬਾਲ ਮੇਰੇ ਪਿਓ ਤੇ ਭਰਾਵਾਂ ਨੇ ਨਹੀਂ ਪਰਚਿਆਂ ਤੇ ਬੰਦੂਕਾਂ ਨੇ ਕਰਨਾ ਤੇ ਉਸ ਖੂਨ ਖਰਾਬੇ ਨੂੰ ਰੋਕਣ ਲਈ ਸਭ ਤੋਂ ਚੋਰੀ ਮੈਂ ਆਪ ਇਸ ਕਰ ਆਈ ਹਾਂ ਪੈੜਾ ਕੀਤਾ ਹੀ ਹੈ ਧੀ ਭਾਵੇਂ ਦੁਸ਼ਮਣ ਦੀ ਹੋਵੇ ਧੀ ਹੁੰਦੀ ਹੈ ਪਿਓ ਦੇ ਘਰ ਦੀ ਦਲੀਸ ਟੱਪ ਕੇ ਤੂੰ ਚੰਗਾ ਨਹੀਂ ਕੀਤਾ ਜਵਾਨ ਧੀਆਂ ਮਾਪਿਆਂ ਤੋਂ ਚੋਰੀ ਰਾਤ ਬਾਹਰ ਗੁਜ਼ਾਰਦੇ ਨੇ ਤੇ ਮਾਪਿਆਂ ਦੀ ਗੈਰਤ ਦਾ ਜਨਾਜ਼ਾ ਨਿਕਲ ਜਾਂਦਾ ਹੈ ਮੈਂ ਆਪਣੇ ਦੁਸ਼ਮਣ ਦੀ ਗੈਰਤ ਦਾ ਜਨਾਜ਼ਾ ਨਹੀਂ ਉਹਦਾ ਆਪਣਾ ਜਨਾਜ਼ਾ ਵੇਖਣਾ ਚਾਹੁੰਦੀ ਹਾਂ ਹੁਣ ਤੂੰ ਇਸ ਘਰ ਦੀ ਨੂੰਹ ਬਣ ਕੇ ਜ਼ਰੂਰ ਆਵੇਂਗੀ ਪਰ ਟੋਲੀ ਵਿੱਚ ਬਹਿ ਕੇ ਆਦੀਏ ਰਾਤ ਦੇ ਹਨੇਰੇ ਵਿੱਚ ਤੈਨੂੰ ਤੇਰੇ ਘਰ ਛੱਡਾਂ ਨਹੀਂ ਮਾਸੀ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੇਰਾ ਪਿਓ ਮੈਨੂੰ ਗੋਲੀ ਮਾਰ ਦੇਗਾ ਹੁਣ ਤੈਨੂੰ ਕੋਈ ਗੋਲੀ ਨਹੀਂ ਮਾਰ ਸਕਦਾ ਧੀਏ ਇਸ ਲਈ ਕਿ ਹੁਣ ਤੂੰ ਰੋਸ਼ਨ ਖਾਨ ਦੇ ਘਰ ਵਿੱਚ ਮੇਰੇ ਪੁੱਤਰ ਦੀ ਅਮਾਨਤ ਬਣ ਕੇ ਜਾਏਗੀ ਚੱਲ ਮੇਰੇ ਨਾਲ ਨਹੀਂ ਮਾਂ ਦੁਸ਼ਮਣਾਂ ਦੇ ਪਿੰਡ ਨੂੰ ਛੱਡਣ ਸੇ ਤੂੰ ਨਹੀਂ ਜਾਏਗੀ ਮੈਂ ਜਾਵਾਂ ਨਹੀਂ ਪੁੱਤਰ ਵੇ ਰਾਤ ਦੇ ਹਨੇਰੇ 'ਚ ਨੂੰ ਛੱਡਣ ਮੈਂ ਜਾਵਾਂਗੀ ਤੇ ਕੱਲ੍ਹ ਦਿਨ ਦੇ ਚਾਨਣ ਵਿੱਚ ਸਿਹਰੇ ਬਣ ਕੇ ਇਹਦੀ ਟੋਲੀ ਲੈਣ ਉਸ ਪਿੰਡ ਤੋਂ ਜਾਵੇਗਾ ਮੈਨੂੰ ਕੀ ਪਤਾ ਹੋਵੇ ਰਾਤ ਦੇ ਹਨੇਰੇ 'ਚ ਤੇਰੀ ਧੀ ਕਿੱਥੇ ਗਈ ਮੈਂ ਤੇ ਸਿਰਫ ਇਹ ਜਾਣਨੀ ਆ ਜਿਸ ਮਜ਼ਲੂਮ ਧੀ ਦੇ ਜ਼ਾਲਮ ਪਿਓ ਨੇ ਜੰਮ ਦੀ ਧੀ ਨੂੰ ਜ਼ਿੰਦਾ ਦਫ਼ਨ ਕਰਨ ਦਾ ਕਾਨੂੰਨ ਬਣਾਇਆ ਹੋਵੇ ਉਹ ਪਿਓ ਦੇ ਪੰਗ ਤੇ ਪੈਰ ਰੱਖ ਕੇ ਕਾਰ ਦੀ ਦਲੀਲ ਟੱਪ ਵੀ ਜਾਵੇ ਤੇ ਕੋਈ ਜੁਰਮ ਨਹੀਂ ਬਕਵਾਸ ਬੰਦ ਕਰ ਮੈਨੂੰ ਪੂਰਾ ਯਕੀਨ ਹੈ ਕਿ ਧੀ ਦੀ ਜਾਨ ਬਚਾਉਣ ਲਈ ਤੂੰ ਉਹਨੂੰ ਕਿਧਰੇ ਟੋਰ ਦਿੱਤਾ ਹੈ ਜੇ ਆਪਣੀ ਜਾਨ ਬਚਾਉਣਾ ਚਾਹੁੰਦੀ ਹੈ ਤਾਂ ਸਿੱਧੀ ਤਰ੍ਹਾਂ ਦੱਸ ਦੇ ਗੁੱਡੋ ਕਿੱਥੇ ਗਈ ਹੈ ਨਹੀਂ ਤਾਂ ਧੀ ਤੋਂ ਪਹਿਲਾਂ ਮੈਂ ਤੈਨੂੰ ਮਾਰ ਦਿਆਂਗਾ ਮੇਰਾ ਇਹ ਫੈਸਲਾ ਅਟਲ ਹੈ ਅਟਲ ਫੈਸਲੇ ਸਿਰਫ ਰੱਬ ਦੀ ਸਾਥ ਤੇ ਹੁੰਦੇ ਨੇ ਰੋਸ਼ਨ ਖਾਨ ਸਾਲਿਮ ਦੀ ਰੱਸੀ ਕਿੰਨੀ ਵੀ ਲੰਮੀ ਕਿਉਂ ਨਾ ਹੋਵੇ ਉਹ ਖੁਦਾ ਦੇ ਕਹਿਰ ਦੀ ਹੱਦ ਕਦੇ ਨਹੀਂ ਟੱਪ ਸਕਦਾ ਸਾਬਰਾ ਤੂੰ ਪਰ ਤੂੰ ਮੇਰੀ ਧੀ ਨੂੰ ਕਿੱਥੋਂ ਲੈ ਕੇ ਆਈ ਹੈ ਤੇਰੀ ਧੀ ਫਰਿਆਦ ਬਣ ਕੇ ਮੇਰੇ ਘਰ ਗਈ ਸੀ ਤੇ ਮੈਂ ਮਾਂ ਬਣ ਕੇ ਤੇਰੀ ਧੀ ਨੂੰ ਤੇਰੇ ਘਰ ਦੀ ਦਲੀਸ ਤੇ ਪਹੁੰਚਾਉਣ ਆਈ ਹਾਂ ਦੁਸ਼ਮਣਾ ਖੁਦਾ ਰਸੂਲ ਦੇ ਕਾਨੂੰਨ ਨੂੰ ਤੂੰ ਤੇ ਚਰੋਕ ਨਾ ਭੁੱਲ ਗਿਆ ਹੋਇਆ ਪਰ ਮੈਨੂੰ ਤੇ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਤੂੰ ਮੇਰੇ ਸੁਹਾਗ ਦੇ ਲਹੂ ਵਿੱਚ ਹੱਥ ਰੰਗ ਕੇ
ਇਸ ਪਿੰਡ ਲਈ ਆਪਣੇ ਜ਼ੁਲਮ ਦਾ ਨਵਾਂ ਕਾਨੂੰਨ ਬਣਾਇਆ ਸੀ। ਤੂੰ 18 ਸਾਲ ਜੇਲ੍ਹ ਵਿੱਚ ਕੱਟੇ ਨੇ ਤੇ ਮੈਂ ਇੰਨੀ ਮੁੱਦਤ ਇਹੋ ਹੀ ਦੁਆ ਮੰਗਦੀ ਰਹੀ ਹਾਂ ਕਿ ਤੂੰ ਕੈਦ ਕੱਟ ਕੇ ਚੂੰਦਾ ਵਾਪਸ ਆਏ ਤੇ ਮੈਂ ਤੇਰੇ ਕੋਲੋਂ ਆਪਣੇ ਬੇਗੁਨਾਹ ਖਾਮਨ ਦੇ ਕਤਲ ਦਾ ਬਦਲਾ ਲਵਾਂ। ਅੱਜ ਤੇਰੀ ਸਜ਼ਾ ਤੇ ਮੇਰੀ ਦੁਆ ਪੂਰੀ ਹੋ ਗਈ ਹੈ ਤੇ ਹੁਣ ਤੇਰੇ ਸਾਹ ਉਸ ਵੇਲੇ ਪੂਰੇ ਹੋਣਗੇ ਜਿਸ ਵੇਲੇ ਮੈਂ ਆਪਣੇ ਪੁੱਤਰ ਪਾਤਸ਼ਾਹ ਦੀ ਜੰਜ ਲੈ ਕੇ ਕੱਲ ਤੇਰੇ ਪਿੰਡ ਆਵਾਂਗੀ। ਜਿੰਨਾ ਅੱਖਾਂ ਨਾਲ ਤੂੰ ਆਪਣੇ ਪੁੱਤਰ ਨੂੰ ਮੇਰਾ ਜਵਾਈ ਬਣਾਉਣ ਦਾ ਰਾਹ ਵੇਖਿਆ ਇਹਨਾਂ ਬੁੱਢੀਆਂ ਅੱਖਾਂ ਨੂੰ ਜਵਾਨ ਪੁੱਤਰ ਦੀ ਲਾਸ਼ ਵੇਖਣੀ ਵੀ ਨਸੀਬ ਨਹੀਂ ਹੋਵੇਗੀ। ਫਿਰ ਨਸੀਬਾਂ ਦੇ ਫੈਸਲੇ ਜ਼ਮੀਨ ਤੇ ਨਹੀਂ ਉਸ ਅਸਮਾਨ ਤੇ ਹੁੰਦੇ ਨੇ ਜਿੱਥੋਂ ਮਜ਼ਲੂਮਾਂ ਲਈ ਰਹਿਮਤ ਦੀ ਲਹਿਰ ਤੇ ਤੇਰੇ ਵਰਗੇ ਜ਼ਾਲਮਾਂ ਲਈ ਰੱਬ ਦਾ ਕਹਿਰ ਨਾਜ਼ਲ ਹੁੰਦਾ। ਤੇਰੀ ਝੂਠੀ ਆਣ ਕਹਿੰਦੀ ਹੈ ਧੀਆਂ ਸਹਿਮਤ ਹੁੰਦੀਆਂ ਨੇ ਤੇ ਮੇਰਾ ਈਮਾਨ ਕਹਿੰਦਾ ਧੀਆਂ ਰੱਬ ਦੀ ਸਹਿਮਤ ਹੁੰਦੀਆਂ ਨੇ ਤੇ ਹੁਣ ਆਣ ਤੇ ਈਮਾਨ ਦੀ ਇਸ ਜੰਗ ਦਾ ਫੈਸਲਾ ਕੱਲ੍ਹ ਉਸ ਵੇਲੇ ਹੋਵੇਗਾ ਜਿਸ ਵੇਲੇ ਤੇਰੀ ਧੀ ਤੇਰੀ ਆਣ ਦੀ ਲਾਸ਼ ਤੇ ਪੈਰ ਰੱਖ ਕੇ ਡੋਲੀ ਵਿੱਚ ਬੈਠੇਗੀ। ਮੇਰੇ ਜਿਉਂਦਿਆਂ ਇਸ ਹਵੇਲੀ ਚੋਂ ਮੇਰੀ ਧੀ ਦਾ ਜਨਾਜ਼ਾ ਤੇ ਨਿਕਲ ਸਕਦਾ ਪਰ ਡੋਲੀ ਨਹੀਂ ਜਾ ਸਕਦੀ। ਜੇ ਤੇਰਾ ਪੁੱਤਰ ਕੱਲ ਜੱਜ ਲੈ ਕੇ ਆ ਹੀ ਗਿਆ ਤੇ ਫਿਰ ਮੇਰੀ ਧੀ ਦੀ ਟੋਲੀ ਨਹੀਂ ਉਹ ਆਪਣੀ ਮਾਂ ਦੀ ਲਾਸ਼ ਲੈ ਕੇ ਜਾਏਗਾ। ਮੇਰਾ ਫੈਸਲਾ ਟੱਲ ਲੈ ਬੈਰੀ ਕੱਲੇ ਅੱਬਾ ਅੱਗੋ ਹਟ ਜਾ ਜਾ ਰਿਹਾ ਮੈਂ ਅੱਜ ਇਸ ਹਵੇਲੀ ਚੋਂ ਇਹਨੂੰ ਜਿਉਂਦਿਆਂ ਨਹੀਂ ਜਾਣ ਦਿਆਂਗਾ। ਗੁਨਾਹਗਾਰ ਇਨਸਾਨ ਬੁੱਢਾ ਹੋ ਜਾਏ ਤੇ ਉਹਦਾ ਬਣਾਇਆ ਹੋਇਆ ਕਾਨੂੰਨ ਵੀ ਬੁੱਢਾ ਹੋ ਜਾਂਦਾ ਹੈ ਅੱਬਾ। ਅੱਜ ਤੋਂ ਇਸ ਹਵੇਲੀ ਵਿੱਚ ਫੈਸਲੇ ਉਹ ਨਹੀਂ ਹੋਣਗੇ ਜੋ ਤੇਰੇ ਉਸੂਲ ਕਹਿੰਦੇ ਨੇ। ਫੈਸਲੇ ਉਹ ਹੋਣਗੇ ਜਿਹੜੇ ਰੱਬ ਤੇ ਰਸੂਲ ਕਹਿੰਦੇ ਨੇ। ਓਏ ਜਾ ਰਿਹਾ ਇਹ ਨਾ ਪੁੱਲ ਤੂੰ ਜਿਹਦੀ ਹਮਾਇਤ ਕਰ ਰਿਹਾ ਇਹ ਸਾਡੀ ਗੈਰਤ ਤੇ ਦੁਸ਼ਮਣ ਦੀ ਮਾਂ ਹੈ। ਮਾਂ ਦੁਸ਼ਮਣ ਦੀ ਵੀ ਹੋਵੇ ਤੇ ਮਾਂ ਹੀ ਹੁੰਦੀ ਹੈ ਅੱਬਾ। ਜੇ ਬਾਦਸ਼ਾਹ ਸਾਡੀ ਗੈਰਤ ਦਾ ਦੁਸ਼ਮਣ ਹੁੰਦਾ ਤੇ ਫਿਰ ਜਿਸ ਤਰ੍ਹਾਂ ਤੇਰੀ ਧੀ ਤੇਰੇ ਕਾਨੂੰਨ ਦੀ ਕੰਧ ਟੱਪ ਕੇ ਬਾਦਸ਼ਾਹ ਦੇ ਘਰ ਅੱਪੜ ਗਈ ਸੀ ਉਹ ਸਾਡੀ ਗੈਰਤ ਦੇ ਖੂਨ ਵਿੱਚ ਹੱਥ ਰੰਗ ਕੇ ਰਾਤ ਦੇ ਹਨੇਰੇ ਵਿੱਚ ਇਹੋ ਜਿਹਾ ਚੰਨ ਚਾੜਦਾ ਕਿ ਅਸੀਂ ਕੱਲ ਦੇ ਸੂਰਜ ਨੂੰ ਮੂੰਹ ਵਿਖਾਣ ਜੋਗੇ ਨਾ ਰਹਿੰਦੇ। ਅੱਬਾ ਤੈਨੂੰ ਤੇ ਸਲਾਮ ਕਰਨਾ ਚਾਹੀਦਾ ਹੈ ਇਸ ਮਾਂ ਨੂੰ ਜਿਹਦੇ ਗੈਰਤਾਂ ਵਾਲੇ ਪੁੱਤਰ ਨੇ ਸਾਡੀ ਗੈਰਤ ਨੂੰ ਅਮਾਨਤ ਸਮਝ ਕੇ ਵਾਪਸ ਸੌਂਪ ਦਿੱਤਾ। ਓਏ ਜਾ ਰਿਹਾ ਮੈਂ ਕੁਝ ਨਹੀਂ ਜਾਣਦਾ ਮੈਂ ਸਿਰਫ ਇਹਨਾਂ ਜਾਣਨਾ ਦੁਸ਼ਮਣ ਦੁਸ਼ਮਣ ਹੀ ਹੁੰਦਾ ਭਾਵੇਂ ਉਹ ਗੈਰਤਮੰਦ ਹੋਵੇ ਤੇ ਭਾਵੇਂ ਬੇਗੈਰਤ ਅੱਜ ਦੁਸ਼ਮਣ ਦੀ ਮਾਂ ਇੱਥੋਂ ਬਚ ਕੇ ਨਹੀਂ ਜਾ ਸਕਦੀ। ਮੈਂ ਕੱਲ ਇਹਦੇ ਪੁੱਤਰ ਨੂੰ ਵਿਆਹ ਦੀ ਸਲਾਮੀ ਦੇਣ ਲਈ ਇਹਦੀ ਲਾਸ਼ ਨੂੰ ਪਿੰਡੋਂ ਬਾਹਰ ਜੰਜ ਦੀ ਰਾਹ ਚ ਤਨ ਦਿਆਂਗਾ। ਇਹ ਮੇਰਾ ਫੈਸਲਾ ਅਟਲ ਹੈ। ਮੇਰਾ ਫੈਸਲਾ ਵੀ ਸੁਣ ਲੈ ਅੱਬਾ। ਪਹਿਲੇ ਸਿਰਫ ਬਾਦਸ਼ਾਹ ਦੀ ਮਾਂ ਸੀ ਹੁਣ ਇਹ ਮੇਰੀ ਮਾਂ ਵੀ ਹੈ ਤੇ ਮੈਂ ਇਹਨੂੰ ਇਹਦੇ ਪਿੰਡ ਛੱਡਣ ਚੱਲਿਆ। ਜੇ ਤੂੰ ਮੇਰਾ ਰਾਹ ਟੱਕਣ ਦੀ ਕੋਸ਼ਿਸ਼ ਕੀਤੀ ਤੇ ਤੇਰੇ ਲਈ ਵੀ ਬੜੀ ਪੈੜੀ ਗੱਲ ਹੋਵੇਗੀ। ਚੱਲ ਮਾਂ ਰੁਕ ਜਾ ਜਾ ਰਿਹਾ। ਅੱਬਾ ਜੇ ਦੁਸ਼ਮਣ ਦੀ ਮਾਂ ਇੱਥੋਂ ਜਿਉਂਦੀ ਟੁਰ ਗਈ ਫਿਰ ਸਾਡੀ ਤਾਂ ਕਦੇ ਨਹੀਂ ਜਾਏਗੀ। ਤੂੰ ਫਿਕਰ ਨਾ ਕਰ ਪੁੱਤਰ ਯਾਰੋ ਜੇ ਬਾਦਸ਼ਾਹ ਦੀ ਮਾਂ ਦਾ ਰਾਹ ਟੱਕਣ ਲਈ ਮੈਨੂੰ ਉਹਦੀ ਰਾਜ ਪੁੱਤਰ ਜਾਰੇ ਦੀ ਲਾਸ਼ ਦੀ ਕੰਧ ਵੀ ਬਣਾਉਣੀ ਪਈ ਤੇ ਜ਼ਰੂਰ। ਬਾਦਸ਼ਾਹ ਜ਼ਮੀਨ ਵਿੱਚ ਗੱਡੀ ਹੋਈ ਬੰਦੂਕ ਦੱਸ ਰਹੀ ਹੈ ਤੇ ਇੱਥੋਂ ਸਾਡੇ ਦੁਸ਼ਮਣਾਂ ਦੇ ਪਿੰਡ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਮਾਂ ਜੇ ਇਹ ਬੰਦੂਕ ਦੁਸ਼ਮਣ ਦੀ ਹੱਦ ਬੰਦੀ ਦਾ ਨਿਸ਼ਾਨ ਹੈ ਤੇ ਫਿਰ ਮੇਰੀ ਬੰਦੂਕ ਦੀ ਗੋਲੀ ਦੁਸ਼ਮਣ ਦੀ ਹੱਦ ਤੋੜਨ ਦਾ ਐਲਾਨ ਹੈ। ਲੱਗਦਾ ਜਿਵੇਂ ਤੈਨੂੰ ਮੇਰੇ ਹੱਥੋਂ ਮਰਨ ਦਾ ਬੜਾ ਹੀ ਸ਼ੌਕ ਹੈ ਇਸੇ ਲਈ ਤੂੰ ਆਪਣੀ ਮੌਤ ਦਾ ਇਸਤਕਬਾਲ ਕਰਨ ਲਈ ਪਿੰਡੋਂ ਬਾਹਰ ਆ ਗਿਆ। ਗੋਲੀ ਨਾ ਚਲਾਈ ਪੁੱਤਰਾ ਸਾਰਾ ਅੱਜ ਤੇਰਾ ਦੁਸ਼ਮਣ ਬਣ ਕੇ ਨਹੀਂ
मेरा पुत्र बन के आया है। ए तेरी बोले माँ, मैं तो सिर्फ इतना जानना वा कि जे सज्जन कोई दुश्मन बन जावे तो ओदे कोलों नहीं डरीदा, पर जदों कोई दुश्मन सज्जन बन जाए जदों वसा नहीं खाईदा माँ। कमलिया पुत्रा, जिदा तू वसा नहीं खांदा उन्हें प्यो की गोली खा के तेरी माँ की जान बचाई। ये गल ना कहो माँ, अज मैं एहसान जताने लई नहीं अपनी भैन का स्वाग बचाने लई आया। ए की कह रहा दुश्मना? जे अजे भी तू मैनू अपना दुश्मन समझना है बादशाह, ते फिर मैं अपने हाथ चुकना, तू अपनी बंदूक चुक ते मेरे सीने ते गोलियां मारन तो बाद तू आप मुझसे बढ़ के फैसला करी कि तेरे हथों दुश्मन मरिया के सज्जन। चला गोली। नहीं यार, तेरे हाथ उच्चे वेख के मेरिया नजर नीवियां हो गई ने, आज तो तेरी मेरी दुश्मनी खत्म हो गई है और मैं अपने प्यो दे खून का इंतकाम लवांगा जड़ा सिद्दी खान दे कानून दी अग्गे चढ़िया सी। चंगे खून ते पैड़े कानून दी इस लड़ाई विच मैं तेरे नाल तुरंगा बादशाह, और कौड़े दी बाग मैनू फड़ा दे मां ते तू पुत्तर दे पिछे दुआ बढ़ के तुरी, मैं प्रा बढ़ के अग्गे अग्गे तुरंगा। वाजा हालियो वाजे वजाओ ते जिद्दी खान दी जू विच पैर धरन तो पहला जे वाजे ना बचे ते बड़ी पैड़ी गल। वाजे बजाओ।
बोलिया तू तो जेल ही सैं। ओए बेगैरता, जिन्हां भरावां दे खून च गैरत होवे ओ अपनी भैन दी इज्जत दा बदला लैण लई जेल दीआं उच्चीआं कंधां नूं वी करदी नीवीं दलील समझ के टप जांदे ने। ओए तू मौत कोलों नहीं बचेगा यारो। जान दे दी पर अपनी जिद नहीं छड़ी।